ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਅੱਜ ਦਿਨ ਹੈ ਵੀਰਵਾਰ ਤੇ ਤਰੀਕ ਹੈ ਜੀ 11 ਜਨਵਰੀ ਸੋ ਇਸ ਵਕਤ ਵੀ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਤ੍ਰਿਪਤੀ ਪਾਲ ਸਿੰਘ ਹੋਰਾਂ ਨਾਲ ਸਟਾਕ ਟੌਪ ਤੋਂ ਤੇ ਇਸ ਪ੍ਰੋਗਰਾਮ ਦੇ ਸਪான்ਸਰ ਨੇ ਜੀ ਅਮਰੀਕਾ ਦੀ ਮਸ਼ਹੂਰ ਲਾਫਮ ਗੈਲਨ ਗੈਲ ਜਿਨ੍ਹਾਂ ਦੇ ਸੀਨੀਅਰ ਅਟਾਰਨੀ ਐਮੀ ਗੈਲ ਹੋਰੀ ਲਗਾਤਾਰ 1987 ਤੋਂ ਹਜ਼ਾਰਾਂ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਪੱਕਾ ਕਰਵਾ ਚੁੱਕੇ ਨੇ ਗ੍ਰੀਨ ਕਾਰਡਵਾ ਚੁੱਕੇ ਨੇ ਤੇ ਫਿਰ ਸਿਟੀਜ਼ਨ ਵੀ ਬਣਾਵਾ ਚੁੱਕੇ ਨੇ ਨਿਊਯਾਰਕ ਦੇ ਵਿੱਚ ਇਹਨਾਂ ਦਾ ਹੈੱਡ ਆਫਿਸ ਆ ਸਾਰੇ ਅਮਰੀਕਾ ਦੇ ਵਿੱਚ ਤੁਹਾਡੇ ਕੇਸ ਲੜਦੇ ਨੇ 2126192859 ਦੇ ਉੱਤੇ ਨਿਊਯਾਰਕ ਦੇ ਸਮੇਂ ਉਤੋਂ ਕਾਲ ਕਰਕੇ ਤੁਸੀਂ ਆਪਣੀ ਅਪਾਇੰਟਮੈਂਟ ਲੈ ਲਓ ਜਾਂ ਜਦੋਂ ਵੀ ਜੀ ਚਾਹੇ ਇੱਕ ਮੈਸੇਜ ਛੱਡ ਦਿਓ ਵਟਸਐਪ ਦੇ ਉੱਤੇ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਨੇ ਰਾਜਵੀਰ ਸਿੰਘ ਹੋਰੀ ਪੰਜਾਬੀ ਦੇ ਵਿੱਚ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਮਰੀਕਾ ਦਾ ਕੋਡ ਹੈ +7186121118 ਕਿਤੋਂ ਵੀ ਤੁਸੀਂ ਅਮਰੀਕਾ ਦੇ ਬਾਹਰ ਬੈਠੇ ਹੋ ਜਾਂ ਰਸਤੇ 'ਚ ਅਮਰੀਕਾ ਦੇ ਤੁਸੀਂ ਇਹਨਾਂ ਨੂੰ ਪਹਿਲਾਂ ਹੀ ਰਾਬਤਾ ਕਾਇਮ ਕਰ ਲਓ ਇਸ ਤੋਂ ਇਲਾਵਾ 3 ਸਾਲ ਪੁਰਾਣਾ ਬਿਜ਼ਨਸ ਹੈ ਤੇ ਅਮਰੀਕਾ ਦੇ ਵਿੱਚ ਸਮੇਤ ਬੱਚੇ ਸੈਟਲ ਹੋਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਰਾਜਵੀਰ ਸਿੰਘ ਹੁਰਾਂ ਨਾਲ ਇੱਕ ਵਾਰੀ ਗੱਲ ਜਰੂਰ ਕਰੋ ਸ਼ੈਟਲ ਦੀ ਮੰਨੀ ਪਰਮੰਨੀ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਚੰਗੇ ਬੋਨਸ ਦੇ ਨਾਲ-ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜੀ 253 266692 ਹੋਰ ਤੇ ਕਾਲ ਕਰ ਸਕਦੇ ਹੋ ਜਾਂ ਗੁਰਵਿੰਦਰ ਢਾਲੀਵਾਲ ਹੋਰਾਂ ਦੇ ਨਾਲ 2063544060 ਤੇ ਨਵੀਂ ਫਾਰਮ ਰਜਿਸਟਰਡ ਕਰਾਉਣੀ ਹੈ ਐਗਜ਼ਿਸਟਿੰਗ ਬਿਜ਼ਨਸ ਦੇ ਲਈ ਤੁਹਾਨੂੰ ਅਕਾਊਂਟਸ ਤੇ ਹੋਰ ਸੇਵਾਵਾਂ ਚਾਹੀਦੀਆਂ ਨੇ ਟੈਕਸਿਸ ਦੀਆਂ ਬਿਜ਼ਨਸ ਟੈਕਸਿਸ ਦੀਆਂ ਤਾਂ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ 253520886 ਦੇ ਉੱਤੇ ਕਾਲ ਕਰ ਲਓ ਕਿਸੇ ਤਰ੍ਹਾਂ ਦਾ ਵੀ ਨਵਾਂ ਘਰ ਬਣਾਉਣਾ ਹੈ ਤਾਂ ਹਮੇਸ਼ਾ ਯਾਦ ਰੱਖੋ ਵਿਸ਼ੰਗਟਨ ਸਟ੍ਰੀਟ ਦੇ ਵਿੱਚ ਗੁਰਿੰਦਰ ਗਰੇਵਾਲ ਹੋਰਾਂ ਨੂੰ 206 941 54 54 ਦਿੱਤੇ। ਸੋ ਟੇਲੋ ਸਾਹਿਬ ਮੇਰੇ ਨਾਲ ਨੇ ਟੇਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਟੇਲੋ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ ਤੇ ਤੁਹਾਨੂੰ ਪਤਾ ਵੀ ਜਿਹੜੀਆਂ ਪਿੱਛੇ ਜੇ ਹਾਈ ਕੋਰਟ ਵੀ ਸਖਤ ਹੋ ਗਈ ਕਹਿੰਦੇ ਵੀ ਜਿਹੜੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੈ ਉਹ ਜਲਦ ਕਰਵਾਓ ਤੇ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਜਿਹੜੇ ਉੱਥੋਂ ਦੇ ਐਮ.ਐਲ.ਏ ਹੁੰਦੇ ਆ ਬਠਿੰਡੇ ਤਾਂ ਸਮਝ ਲਓ ਇੱਕ ਐਮ.ਐਲ.ਏ ਜੀ ਉਹ ਆਪਦੀ ਪਗਾ ਗਿਆ ਪਰ ਜੇਕਰ ਗੱਲ ਕਰੀਏ ਲੁਧਿਆਣਾ ਜਲੰਧਰ ਤੇ ਅਮਰਸਰ ਉੱਥੇ ਤਾਂ 4-4 ਐਮ.ਐਲ.ਏ ਨੇ 5-5 ਐਮ.ਐਲ.ਏ ਆ ਜੀ ਉੱਥੇ ਕਿਹੜੇ ਦੀ ਚੱਲੇ ਹਮ ਤੇ ਕਿਹੜੇ ਦਾ ਮੇਰ ਬਣੇ ਬਿਲਕੁਲ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ ਤੇ ਹੁਣ ਉੱਥੇ ਐਗਜ਼ਿਸਟਿੰਗ ਐਮ.ਐਲ.ਏ ਜਿਹੜੇ ਸਿਟਿੰਗ ਐਮ.ਐਲ.ਏ ਆ ਉਹ ਫਿਰ ਆਪਣੀ ਪੈਹਟ ਦਿਖਾਉਣ ਦੇ ਲਈ ਆਪਣੇ ਆਪ ਨੂੰ ਵੱਡਾ ਕੱਦ ਦਿਖਾਉਣ ਦੇ ਲਈ ਉਹ ਚਾਹੁੰਦੇ ਨੇ ਕਿ ਮੈਂ ਜਿਹੜਾ ਸਾਰੇ ਸ਼ਹਿਰ ਦਾ ਜਿਹੜਾ ਵੀ ਹੈਡ ਸਾਰਾ ਹੀ ਸਰਬੋ ਸਰਬਾ ਤੇ ਮੇਰੀ ਚੱਲੇ ਹੁਣ ਜਦੋਂ ਇਹੋ ਜੀ ਗੱਲ ਹੋ ਜਾਂਦੀ ਹੈ ਮੇਰੀ ਚੱਲੇ ਤਾਂ ਫਿਰ ਨੈਚੁਰਲੀ ਹੈ ਤਕਰਾਰ ਵੀ ਅਫਸਰਾਂ ਨਾਲ ਅਫਸਰशाही ਨਾਲ ਪੈਦਾ ਹੋ ਜਾਂਦੀ ਹੈ ਦੇਖੋ ਦਾਨੀੜਿਆ ਸਾਹਿਬ ਜੀ ਜੀ ਸਰਕਾਰ ਹੁੰਦੀ ਹੈ ਹਮ ਸਰਕਾਰ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਬਿਊਰੋਕ੍ਰੇਸੀ ਤੋਂ ਕੰਮ ਲੈਣਾ ਜੀ ਬਿਊਰੋਕ੍ਰੇਸੀ ਠੀਕ ਦਿਸ਼ਾ ਚੱਲੇ ਇਹ ਵੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਹਮ ਪਰ ਇਹਦੇ ਲਈ ਪਹਿਲਾਂ ਤੁਹਾਡਾ ਮੈਸੇਜ ਜਾਣਾ ਅਤਿ ਜ਼ਰੂਰੀ ਹੁੰਦਾ ਹੈ ਜੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਦੇ ਵੀ ਹਿੰਮਤ ਨਹੀਂ ਪੈਂਦੀ ਹਮ ਕਿ ਉਹ ਲੋਕਲ ਐਮਐਲਏ ਨੂੰ ਨਜ਼ਰਅੰਦਾਜ਼ ਕਰ ਦੇਣ ਜੀ ਜੇ ਕੋਈ ਗੜਬੜ ਹੁੰਦੀ ਹੈ ਹਮ ਤਾਂ ਐਮਐਲਏ ਜ਼ਰੂਰ ਆਪਣੇ ਜਿਹੜਾ ਡਿਪਾਰਟਮੈਂਟ ਦਾ ਇੰਚਾਰਜ ਮਿਨਿਸਟਰ ਹੈ ਜੀ ਉਹਦੇ ਨਾਲ ਗੱਲ ਕਰਦਾ ਹੈ ਵੈਸੇ ਅੱਜ ਦੇ ਜਮਾਨੇ 'ਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੂੰ ਹੂੰ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਨੈਟਵਰਕ ਹੈ ਭਾਵੇਂ ਆਰਗੇਨਾਈਜੇਸ਼ਨ ਹਾਲੇ ਇਹਨਾਂ ਦੀ ਨਹੀਂ ਬਣੀ ਹੂੰ ਹੂੰ ਲੇਕਿਨ ਇਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਐਡਾ ਤਕੜਾ ਹੈ ਹਮ ਕਿ ਉਹ ਹਰ ਕਿਸੇ ਦੀ ਜਿਹੜੀ ਹੈ ਉਹ ਟੂਟੀ ਮਰੋੜ ਸਕਦੇ ਆ ਜੀ ਕਿਤੇ ਵੀ ਗੱਲ ਕੀਤੀ ਜਾ ਸਕਦੀ ਹੈ ਸੰਦੀਪ ਪਾਟਕ ਜਿਹੜੇ ਰਾਜ ਸਭਾ ਦਾ ਮੈਂਬਰ ਇਹਨਾਂ ਦੇ ਇੰਚਾਰਜ ਹੈ ਹਮ ਹਮ ਉਹਨਾਂ ਨੇ ਤਾਂ ਬਹੁਤ ਪੁਖਤਾ ਪ੍ਰਬੰਧ ਕੀਤੇ ਹੋਏ ਆ ਜੀ ਲਗਭਗ ਹਰ ਡਿਪਾਰਟਮੈਂਟ ਦੇ ਵਿੱਚ ਜਿਹੜੇ ਦਿੱਲੀ ਵਾਲੀ ਟੀਮ ਦੇ ਲੋਕ ਬੈਠੇ ਆ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਚੀਫ ਮਿਨਿਸਟਰ ਆਫਿਸ ਨਾਲ ਗੱਲ ਕੀਤੀ ਜਾ ਸਕਦੀ ਹੈ ਵਗੈਰਾ ਵਗੈਰਾ ਜੀ ਜਿਹੜਾ ਤਾਜ਼ਾ ਘਟਨਾ ਕਰਮ ਵਾਪਰੇ ਹਮ ਹਮ ਉਹ ਇਹ ਹੈ ਕਿ ਲੁਧਿਆਣਾ ਦੇ ਵਿੱਚ ਜੇ ਤੁਹਾਨੂੰ ਪਤਾ ਹੈ ਤੁਸੀਂ ਰਹੇ ਹੋ ਉੱਥੇ ਲੰਬਾ ਸਮਾਂ ਮਾਡਲ ਟਾਊਨ ਦਾ ਇਲਾਕਾ ਕਹਿੰਦੇ ਬਹੁਤ ਅਮੀਰ ਹੈ ਮੈਂ ਕਹਾਂ ਜੀ ਸਿਵਲ ਲਾਈਨ ਮਾਡਲ ਟਾਊਨ ਕਹਿੰਦੇ ਬਿਲੇ ਅਧਾਨਾ ਜਿਹੜਾ ਦੱਖਣੀ ਹੈ ਨਾ ਜਿਹਨੂੰ ਲੁਧਿਆਣਾ ਵੈਸਟਰਨ ਕਹਿੰਦੇ ਆ ਜੀ ਜਿਹਦੇ ਕੁਮਾਰ ਮੰਡੀ ਸਿਵਲ ਲਾਈਨ ਮਾਡਲ ਟਾਊਨ ਏਰੀਆ ਤੇ ਜਵਾਰ ਨਗਰ ਕੈਂਪ ਇਹ ਕਰੀਬ ਇੱਥੇ ਜੀ ਇੱਥੇ ਹਾਂ ਉੱਥੇ ਹੁਣ ਸਵਾਲ ਇਹ ਹੈ ਕਿ ਰੈ residențial ਏਰੀਏ ਦੇ ਵਿੱਚ ਕੁਝ ਜਿਹੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਹਮ ਉਹਨਾਂ ਬਿਲਡਿੰਗਾਂ ਦੇ ਵਿੱਚ ਕੁਝ ਦੁਕਾਨਦਾਰਾਂ ਨੇ ਦੁਕਾਨਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਬਹੁਤ ਜ਼ਿਆ ਔਰ ਇਹਦੇ ਤੇ ਮੇਰੇ ਖਿਆਲ ਮਤਾਬਕ ਸ਼ਾਇਦ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਉੱਪਰੋਂ ਹਦਾਇਤਾਂ ਹੋਣ ਹਮ ਕਿ ਭਾਈ ਤੁਸੀਂ ਜਿਹੜੀ ਹੈਗੀ ਐ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਕਾਰੋਬਾਰ ਜਿਹੜਾ ਹੁੰਦਾ ਹੈ ਉਹ ਨਾ ਹੋਣ ਦਿਓ ਇਹਨੂੰ ਰੋਕੋ ਜੀ ਕ腐ਸ਼ਨ ਦੇ ਇਲਜ਼ਾਮ ਵੀ ਬੜੇ ਲੱਗਦੇ ਐ ਕਿ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਵਗੈਰੇ ਜਿਹੀ ਕਾਰਵਾਈ ਹੋ ਨਹੀਂ ਸਕਦੀ ਹਮ ਹਮ ਸੋ ਉਹਨਾਂ ਨੇ ਦੀ ਕਾਰਪੋਰੇਸ਼ਨ ਦੇ ਡਿਰੇ ਕਮਿਸ਼ਨਰ ਸਾਹਿਬ ਉਹਨਾਂ ਨੇ ਹੁਕਮ ਕਰਤਾ ਹਮ ਕਿ ਜਿਹੜੀਆਂ ਇਸ ਕਿਸਮ ਦੀਆਂ ਰੈਜੀਡੈਂਸ਼ੀਅਲ ਇਰੀਏ ਵਿੱਚ ਦੁਕਾਨਾਂ ਨੇ ਉਹਨਾਂ ਨੂੰ ਸੀਲ ਕਰ ਦਿਓ ਹਮਮ ਗੱਲੀ ਵਾਲਾ ਕੰਮ ਹਾਂ ਕਾਰਪੋਰੇਸ਼ਨ ਦੇ ਅਧਿਕਾਰੀ ਗਏ ਜੀ ਉਹਨਾਂ ਨੇ ਸੀਲ ਕਰਤਾ ਹਮ ਅਜੇ ਸੀਲ ਕਰ ਕੀਤੇ ਨੂੰ ਥੋੜਾ ਸਮਾਂ ਹੋਇਆ ਸੀ ਹਮ ਤੇ ਗੁਰਪ੍ਰੀਤ ਗੋਗੀ ਹੈ ਕੋਈ ਉਹਨਾਂ ਦੇ ਐਮਐਲਏ ਐਮਐਲਏ ਸਾਹਿਬ ਕਮਾਰ ਮੰਡੀ ਚੋਦੀ ਰੈਸ਼ ਹਾਂਜੀ ਉਹ ਉੱਥੇ ਪਹੁੰਚ ਗਏ ਹਮ ਉਹਨਾਂ ਨੇ ਫੋਨ ਫੋਨ ਕੀਤੇ ਉਹਨਾਂ ਨੂੰ ਵੀ ਤੁਸੀਂ ਆਓ ਮੌਕੇ ਤੇ ਆਓ ਕੋਈ ਨਹੀਂ ਆਇਆ ਹਮ ਕਹਿੰਦੇ ਵੀ ਫਿਰ ਹੁੰਦੇ ਕੌਣ ਕਾਰਪੋਰੇਸ਼ਨ ਵਾਲੇ ਕਾਨੂੰਨ ਆਪਣੇ ਹੱਥੀ ਲੈ ਲਿਆ ਅੱਛਾ ਤੂੜਤੀਆਂ ਸੀਲਾ ਸੁਲਾ ਸਾਰੀਆਂ ਸਾਰੀਆਂ ਦੁਕਾਨਾਂ ਦਾ ਖੋਲਤਾ ਕਹਿੰਦੇ ਇਹ ਹੈ ਇਹ ਖੋਲ ਕੇ ਅਗਲੀ ਗੱਲ ਉਹਨੇ ਜਿਹੜੀ ਗੱਲ ਕਹੀ ਹੈ ਦਾਨੇੜੀ ਸਭ ਤੋਂ ਧਿਆਨ ਮੰਗਦੀ ਹੈ ਹੂੰ ਉਹ ਕਹਿੰਦਾ ਵੀ ਕਾਨੂੰਨ ਇਹ ਹੈ ਕਿ ਜਿਹੜੇ ਬਹੁਤ ਪੁਰਾਣੇ ਕਾਰੋਬਾਰ ਖੁੱਲੇ ਹੋਏ ਜੀ ਪੁਰਾਣੀਆਂ ਦੁਕਾਨਾਂ ਬੜੀਆਂ ਉੱਥੇ ਕਹਿੰਦੇ ਇਹ ਹਦਾਇਤਾਂ ਕਿ ਉਹਨਾਂ ਨੂੰ ਨਿਛੇੜਨਾ ਤੇ ਨਵੀਂ ਦੇ ਵਿੱਚ ਖੋਲਣ ਨਹੀਂ ਦੇਣਾ ਹੂੰ ਹੁਣ ਮੇਰਾ ਜਿਹੜਾ ਤਜਰਬਾ ਤੇ ਤੁਹਾਡਾ ਤਜਰਬਾ ਆਪਾਂ ਇੱਥੇ ਦੇਖਦੇ ਆ ਕਿ ਜਦੋਂ ਨਵੀਂ ਬਿਲਡਿੰਗ ਵੱਢਦੀ ਹੈ ਉਹ ਬਿਲਡਿੰਗ ਦੀ ਜਿਹੜੀ ਨਜਾਇਜ਼ ਹੋ ਸਾਰੀ ਹੁੰਦੀ ਹੈ ਤੇ ਉਹ ਨਜਾਇਜ਼ ਹੋ ਸਾਰੀ ਕਦੇ ਵੀ ਕਾਰਪੋਰੇਸ਼ਨ ਵਾਲਿਆਂ ਦੀ ਮਰਜ਼ੀ ਤੋਂ ਬਗੈਰ ਨਹੀਂ ਨਹੀਂ ਆਪ ਬਠਿੰਡੇ ਦੇਖ ਲਓ ਆਪਣੇ ਗਵਾਂਢ ਸਾਰੀ ਦੇਖ ਲਓ ਤੁਸੀ ਗੰਦਾ ਨੇ ਮਗਰ ਮਗਰ ਸਾਰੀਆਂ ਹੋ ਗਈਆਂ ਆ 100 ਫੁੱਟੀ ਦੇ ਉੱਤੇ ਦੇਖ ਲਓ ਹਾਂ ਬਿਲਕੁਲ ਬਿਲਕੁਲ ਕੀ ਕੁਛ ਬਣ ਗਿਆ ਤੇ ਉਹ ਕਹਿੰਦੇ ਜੀ ਮੈਂ ਇੱਕ ਤਾਂ ਸ਼ਿਕਾਇਤ ਪਾਈ ਉਹਨਾਂ ਇਲੈਕਸ਼ਨਾਂ ਦੇ ਵਿੱਚ ਇਹੀ ਦੇਖਣ ਦੇ ਲਈ ਪੈ ਰਿਹਾ ਤੇ ਪੰਜਾ ਦਸਾਂ ਦਿਨਾਂ ਬਾਅਦ ਆ ਗਿਆ ਤੁਹਾਡੀ ਸ਼ਿਕਾਇਤ ਦਾ ਨਿਬਟਾਰਾ ਕਰ ਦਿੱਤਾ ਗਿਆ ਬਿਨਾਂ ਸੁਣਵਾਈ ਤੁਹੀਂ ਆ ਪੁੱਛਿਆ ਹੀ ਨਹੀਂ ਗਿਆ ਪੁੱਛਿਆ ਹੀ ਨਹੀਂ ਗਿਆ ਵੀ ਕਿਹੜੀ ਸੀ ਕਿੱਥੇ ਸੀ ਜਿਹੜਾ ਕੰਪਲੇਨੈਂਟ ਹੈ ਉਹ ਤੋਂ ਪੁੱਛਿਆ ਨਹੀਂ ਗਿਆ ਵੀ ਕਿਹੜੀ ਕਾਹਦੇ ਬਾਰੇ ਕਰਦੇ ਹੋ ਤੁਸੀਂ ਕਿੱਥੇ ਦਿਖਾਓ ਮੌਕਾ ਦਿਖਾਓ ਕੀ ਹੈ ਇਹ ਇਹ ਇਸ ਤਰ੍ਹਾਂ ਹੁੰਦਾ ਹੈ ਤੇ ਹੁਣ ਤਾਂ ਤਾਂ ਜਿਹੜੀ ਸਭ ਇੱਕ ਨਵਾਂ ਟ੍ਰੈਂਡ ਚੱਲ ਪਿਆ ਕਮਾਈ ਦਾ ਇੱਕ ਨਵਾਂ ਸਾਧਨ ਬਣ ਗਿਆ ਵੀ ਜੇ ਤਾਂ ਕਿਸੇ ਨੇ ਵੱਡੇ ਪੱਦਰ ਤੇ ਬਣਾਉਣੀ ਹੈ ਕੋਈ ਹਾਂ ਉਹ ਤਾਂ ਕਿਸੇ ਲੀਡਰ ਦੀ ਸਿਫਾਰਿਸ਼ ਕਰਾਊਗਾ ਜਾਂ ਕਿਸੇ ਅਫਸਰ ਨਾਲ ਉਹਦਾ ਦੁਕਦਿਆ ਲਾਊਗਾ। ਅਰ ਬੈਸੀ ਹੋਆ ਕਾਰਪੋਰੇਸ਼ਨ ਬਲੇ ਉਧਰ ਝਾਕਦੇ ਨਹੀਂ ਹੁੰਦਾ ਐ ਨਜਾਇਜ਼ ਸਾਰੀਆਂ ਹੋ ਜਾਂਦੀਆਂ ਜਿਵੇਂ ਤੁਸੀਂ ਦੱਸਿਆ ਹੈ। ਬਈ ਬਾਰਲੇ ਪਾਸੇ ਜਿਹੜੀਆਂ ਰਹਿਗੀਆਂ ਉਹ ਟਿਓਚੇ ਲਾਦਦੇ ਕੰਦਾ ਖੜੀਆਂ ਹੋਈਆਂ। ਯਾ ਇਹ ਕੱਜਕੱਲ ਨਮਾਜ਼ ਸਿਲਸਿਲਾ ਬਣਿਆ ਕਿ ਚਾਦਰਾਂ ਪਾਉਂਦੇ ਹਰਿਆਂ ਹਰਿਆਂ ਚਾਦਰਾਂ ਪਾਉਂਦੇ ਹਰਿਆਂ ਚਾਦਰਾਂ ਪਾ ਕੇ ਉਹ ਅਗਲੇ ਨੂੰ ਵੀ ਹੁੰਦਾ ਹੈ ਦਿਖਾਵਾ ਇਹ ਕੀਤਾ ਜਾਂਦਾ ਹੈ ਕਿ ਜੀ ਧਸਤ ਨੂੰ ਰੋਕਦੇ ਤੇ ਅੰਦਰ ਕੰਸਟਰਕਸ਼ਨ ਹੋ ਰਹੀ ਹੈ ਇੱਥੇ ਮਠੰਡੇ ਇੱਕ ਬੰਦੇ ਨੇ ਟਰੱਕ ਹੀ ਢੱਲਤਾ ਸੀ ਜੀ ਅੱਗੇ 2 ਮਹੀਨੇ ਜੀ ਜੀ ਕਾਲੀ ਦਲ ਦੀ ਸਰਕਾਰ ਵੇਲੇ ਆਹ ਤਾਂ ਫਿਰ ਕਾਲੀ ਦਲ ਦੀ ਸਰਕਾਰ ਵੇਲੇ ਵੀ ਠੀਕ ਨਹੀਂ ਵੈਸੇ ਕਾਂਗਰਸ ਵੇਲੇ ਵੀ ਘੱਟ ਨਹੀਂ ਹੁੰਦਾ ਮੈਂ ਕਿ ਕਿਸੇ ਦੇ ਹੀ ਲੈ ਲਓ ਤਾਂ ਮੈਂ ਸਮਝਾ ਕੀਤਾ ਆ ਜਿਹੜਾ ਕੁਝ ਹੋਇਆ ਤਾਂ ਕਾਂਗਰਸ ਦੀ ਸਰਕਾਰ ਵੇਲੇ ਕਿੰਨਾ ਕੁਝ ਹੋਇਆ ਪਾਵਰ ਹਾਊਸ ਰੋਡ ਪਾਵਰ ਹਾਊਸ ਰ अच्छा एक हुन एक ਨਵਾਂ ਜਿਹੜਾ ਮੈਂ ਕਹੂੰਗਾ ਇੱਕ ਜਿਹੜੇ ਜਿਹਨੂੰ ਆਪਾਂ ਕਹਾਂਗੇ ਕਿ ਆਧੁਨਿਕ ਸਕੈਂਡਲ ਹੂੰ ਹੂੰ ਕਿ ਹੁਣ ਇਹ ਕੰਮ ਸੋ ਕਾਲਡ ਮੀਡੀਆ ਵਾਲਿਆਂ ਨੂੰ ਦੇਤਾ ਹੂੰ ਕਾਰਪੋਰੇਸ਼ਨ ਵਾਲਿਆਂ ਨੂੰ ਅੱਛਾ ਉਹ ਕਹਿੰਦੇ ਵੀ ਤੁਸੀਂ ਜਾਓ ਹੂੰ ਤੇ ਤੁਸੀਂ ਜਾਓ ਪਾਈ ਮਾਰੋ ਗੇੜਾ ਅੱਛਾ ਜਿੱਥੇ ਕਿਤੇ ਕੋਈ ਨਿੱਕਾ ਮੋਟਾ ਕੋਈ ਆਪਦਾ ਕੋਠਾ ਪਾਈ ਜਾਂਦਾ ਹੈ ਕਿਸੇ ਨੇ ਕੋਈ ਹੋਰ ਕਾਰਵਾਈ ਕਰ ਲੈਂਦੇ ਉੱਥੇ ਨਾਲ ਦੀ ਨਾਲ ਤਸਵੀਰਾਂ ਖਿੱਚ ਲੈਣਗੇ ਖਿੱਚ ਕੇ ਲਿਆਓ ਖਿੱਚ ਕੇ ਤਸਵੀਰਾਂ ਕਹਿੰਦੇ ਹਾਂਜੀ ਕਰੋ ਗੱਲ ਕਰੋ ਗੱਲ ਜੇ ਤਾਂ ਕਿਸੇ ਨੇ ਗੱਲ ਕਰ ਲਈ ਠੀਕ ਹੈ ਜੇ ਨਹੀਂ ਗੱਲ ਕਰ ਲਈ ਤੇ ਉਹ ਕਾਰਪੋਰੇਸ਼ਨ ਵਾਲਿਆਂ ਨੂੰ ਨਾਲ ਦੀ ਨਾਲ ਉੱਥੋਂ ਹੀ ਖੜੇ ਉਹ ਸ਼ੇਅਰ ਕਰ ਦਿੰਦੇ ਆ ਹਾਂ ਤੇ ਉਹ ਲੈ ਕੇ ਜੀ ਪੰਜੇ ਪੰਜੇ ਸਾਰੇ ਆ ਜਾਂਦੇ ਆ ਜਾਂਦੇ ਪੰਜਾਂ ਤੋਂ ਪਹਿਲਾਂ ਉਹੀ ਆ ਜਾਂਦੇ ਹਾਂ ਆ ਕੇ ਤੇ ਉਹ ਕਰ ਲੈਂਦੇ ਤੇ ਫੇਰ ਹੁੰਦੀ ਹੈ ਸੌਦੇ ਬਾਜੀ ਹੂੰ ਹੂੰ ਉਹ ਕਾਰਪੋਰੇਸ਼ਨ ਵਾਲਿਆਂ ਨੂੰ ਜੇ ਕੋਈ ਤੁਹਾਡੇ ਵਰਗੇ ਬੰਦੇ ਤੋਂ ਕਿਸੇ ਤੋਂ ਸਿਫਾਰਿਸ਼ ਕਰਾਤੀ ਬੰਦਾ ਕੀ ਨਹੀਂ ਕਰਦਾ ਮਰਦਾ ਹੂੰ ਹੂੰ ਵੀਰ ਮੈਂ ਤਾਂ ਛੋਟਾ ਜਿਹਾ ਆਪਣਾ ਕਾਰੋਬਾਰ ਕਰਨਾ ਹੈ ਮੇਰੀ ਆਪਣੀ ਇਹ ਦੁਕਾਨ ਬਣਦੀ ਹੈ ਜਾਂ ਮੇਰਾ ਘਰ ਬਣਦਾ ਹੈ ਮੇਰਾ ਜਿਹੜਾ ਹੈਗਾ ਵੈਸੇ ਤਾਂ ਸਾਰਾ ਕੁਝ ਬਣਿਆ ਹੋਇਆ ਹੈ ਇਕੱਲਾ ਇੱਕ ਅੱਧਾ ਕੋਠੇ ਦੀ ਇਧਰ ਉਧਰ ਕੀਤੀ ਹੈ ਹੂੰ ਹੂੰ ਤੇ ਤੁਸੀਂ ਮੇਰਾ ਖੜਾ ਛੜਾਉਂ ਕਹਿੰਦੇ ਯਾਰ ਅਸੀਂ ਤਾਂ ਦੇਖ ਕੁਛ ਨਹੀਂ ਕਹਦੇ ਹੂੰ ਹੂੰ ਆ ਜ ਉਹ ਫਿਰ ਪੱਤਰਕਾਰ ਕਾਰਪੋਰੇਸ਼ਨ ਦੇ ਕਰਮਚਾਰੀ ਤੇ ਨਾਲ ਅਧਿਕਾਰੀ ਫਿਰ ਉਹ ਮਿਲ ਕੇ ਕਾ ਆਪ ਦਾ ਇੱਕ ਨਵਾਂ سلسلہ ਸ਼ੁਰੂ ਕਰ ਲੈਂਦੇ ਜਿਹੜੀ ਤਾਂ ਇਸ ਕਿਸਮ ਦੀ ਗੱਲ ਹੁੰਦੀ ਇੱਥੇ ਚਾਹੇ ਗੋਗੀ ਹੋਵੇ ਚਾਹੇ ਕੋਈ ਵੀ ਐਮਐਲਏ ਹੋਵੇ ਜੇ ਤਾਂ ਉਹ ਕਰਦਾ ਚੈੱਕ ਹਾਂਜੀ ਇਹਨੂੰ ਤਾਂ ਅਸੀਂ ਕਰਦੇ ਹਾਂ ਵੈਲਕਮ ਹਮ ਪਰ ਜੇ ਫੋਕੀਟ ਆਉਰ ਬਣਾਉਣਾ ਹਸਤੇ ਹਾਂ ਕਿ ਜੀ ਇਹ ਜਿਹੜਾ ਹੈਗਾ ਇਸ ਜਿਹੜਾ ਹੈਗਾ ਸੂਬੇਦਾਰ ਕੌਣ ਹੋਵੇ ਹਮ ਹਮ ਸੂਬੇਦਾਰ ਹੁਣ ਵੈਸੇ ਦਾ ਹੌਚੂਂਦੇ ਹੈ ਪਰ ਆਪਣੇ ਵੀ ਹੁੰਦੇ ਆ ਜਦੋਂ ਮੁਗਲ ਰਾਜ ਹੁੰਦਾ ਸੀ ਹਮਮ ਮੁਗਲ ਰਾਜ ਦੇ ਵੇਲੇ ਸਾਰਾ ਕੁਝ ਸੂਬੇਦਾਰ ਕੋਲੇ ਹੁੰਦੇ ਸੀ ਸੂਬਾ ਸਰਹੰਦ ਕਹਿੰਦੇ ਹੁੰਦੇ ਸੀ ਜਿਹਨੇ ਛੋਟੇ ਸਹਬਜਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਸੀ ਉਹ ਸੂਬੇਦਾਰ ਦਾ ਮਤਲਬ ਹੈ ਕਿ ਉਹ ਕਰਤਾ ਤਰਤਾ ਤਨਾਸ਼ਾ ਹਾਉ ਤੋਦਾ ਉਹਨੂੰ ਕੋਈ ਰੁਕਣ ਵਾਲਾ ਨਹੀਂ ਉਹ ਸੂਬੇਦਾਰ ਜਦੋਂ ਬਣਨਾ ਚਾਹੇ ਨਾ ਬੰਦਾ ਇੱਕ ਐਮਐਲਏ ਵੀ ਮੈਨੂੰ ਜੀ ਤੁਸੀਂ ਇਸ ਹਲਕੇ ਦਾ ਸੂਬੇਦਾਰ ਬਣਾ ਦਿਓ ਜੀ ਤੇ ਸੂਬੇਦਾਰ ਬਣਾਉਣ ਵਾਸਤੇ ਫਿਰ ਉਹਨੂੰ ਕਈ ਵਾਰੀ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਣਗੀਆਂ ਹਮਮ ਕਿ ਦੇਖੋ ਦੁਕ ਕਿਉਂਕਿ ਲੁਧਿਆਣੇ ਦੀ ਜੇ ਆਪਾਂ ਗੱਲ ਦੇਖੀ ਤਾਂ ਲੁਧਿਆਣੇ ਦੇ ਵਿੱਚ ਇਹ ਤੋਂ ਪਹਿਲਾਂ ਜਿਹੜੀਆਂ ਦੋ ਤਾਕਤਾਂ ਸੀ ਵੱਡੀਆਂ ਇੱਕ ਪਾਸੇ ਭਾਰਤਪੂਸ਼ਣਾਸ਼ੂ ਦਾ ਗਰੋਪ ਤੇ ਦੂਜੇ ਪਾਸੇ ਬੈਂਸਾ ਦਾ ਗਰੋਪ ਬੈਂਸਾ ਦਾ ਗਰੋਪ ਤੇ ਥੋੜੇ ਮੋਟੇ ਪਹਿਲਾਂ ਮਾਣੇ ਹੋਰੀ ਤੇ ਫਿਰ ਬਾਅਦ ਦੇ ਵਿੱਚ ਆਪਣਾ ਹਿਮੇਸ਼ਿੰਦਰ ਗਰੇਵਾਲੂ ਰੀਤੇ ਇਹ ਕਰਦੇ ਰਹੇ ਆ ਇਹ ਜਿਹੜੇ ਹਨ ਇਹ ਹੋਰ ਕਿਸਮ ਦੇ ਲੋਕ ਇਹ ਹੋਰ ਇਹ ਨਾਲ ਮਤਲਬ ਜਿਹੜਾ ਇਹ ਸਿਆਸੀ ਸਿਆਸੀ ਸੀਗੇ ਇਹ ਸਿਆਸੀ ਤੇ ਆਦ ਸੀ ਕਾਰੋਬਾਰੀ ਕੱਟ ਸੀ ਕੱਟ ਸੀਗੇ ਇਧਰ ਕਾਰੋਬਾਰੀ ਵਾਲੇ ਹੂੰ ਹੂੰ ਤੇ ਸਿਆਸੀ ਘਟ ਸਿਆਸਤ ਸਿਆਸਤ ਦਾ ਮਤਲਬ ਜਿਹੜੇ ਜਿਹੜੇ ਲੋਕ ਇਸ ਕਿਸਮ ਦੇ ਸਿਆਸਤ ਨੂੰ ਤਾਂ ਇੱਕ ਹਥਿਆਰ ਦੇ ਤੌਰ ਦੇ ਉੱਤੇ ਇਸਤੇਮਾਲ ਕਰਦੇ ਆ ਜੀ ਜੀ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੁਣ ਮਿਸਾਲ ਦੇ ਤੌਰ ਤੇ ਤੁਸੀਂ ਦੇਖੋ ਵੀ ਕੋਈ ਜ਼ਮਾਨਾ ਹੁੰਦਾ ਸੀ ਹਮ ਜਦੋਂ ਬਿਹਾਰ ਦੀ ਗੱਲ ਕਰ ਲਈਏ ਆਪਾਂ ਯੂਪੀ ਦੀ ਗੱਲ ਕਰ ਲਈਏ ਇਹ ਜਿਹੜੇ ਇਹ ਸੈਂਟਰਲ ਇੰਡੀਆ ਹਮ ਉੱਥੇ ਜਿਹੜੇ ਹੈਗੇ ਬਾਹੂਬਲੀ ਹੁੰਦੇ ਸੀ ਬਾਹੂ ਬਲੀਆਂ ਨੂੰ ਇਸਤੇਮਾਲ ਕਰਦੇ ਹੁੰਦੇ ਸੀ ਸਿਆਸਤਦਾਨ ਜੀ ਕਿ ਆਓ ਪਾਈ ਤੁਸੀਂ ਸਾਡੀ ਮਦਦ ਕਰੋ ਤੇ ਉਹ ਜਾ ਕੇ ਕਬਜ਼ਾ ਕਰ ਲੈਂਦੇ ਕਬਜ਼ਾ ਕਰ ਲੈਂਦੇ ਪੋਲਿੰਗ ਬੂਥ ਤੇ ਕਬਜ਼ਾ ਕਰ ਲਿਆ ਹਥਿਆਰ ਕੱਢੇ ਆਪਦੇ ਤੇ ਦਵਾਲਤੇ ਸਾਰੇ ਪੋਲਿੰਗ ਸਟਾਫ ਅੰਦਰ ਬੈਠਾ ਹੈ ਬਾਹਰ ਕੱਢ ਤੇ ਪੋਲਿੰਗ ਏਜੰਟ ਉਦੋਂ ਪਰਚੀਆਂ ਵਾਲਾ ਕੰਮ ਹੁੰਦਾ ਸੀ ਦਵਾ ਦੋ ਫੜੀਆਂ ਉਹਨਾਂ ਤੋਂ ਪਰਚੀਆਂ ਤੇ ਲਾਈਆਂ ਮੋਹਰਾਂ ਤੇ ਸਿੱਟੀਆਂ ਵਿੱਚ ਤੇ ਚਲੋ ਜੀ ਅਗਲੇ ਪਾਸੇ ਫਿਰ ਅਗਲਾ ਕਰ ਲੈ ਅਗਲਾ ਕਰ ਲੈ ਉਹਨਾਂ ਨੂੰ ਹੌਲੀ ਹੌਲੀ ਜਦੋਂ ਇਹ ਪਤਾ ਲੱਗਿਆ ਵੀ ਠੀਕ ਹੈ ਯਾਰ ਵੀ ਆਹ ਬੰਦੇ ਨੇ ਇਹਨੂੰ ਜਿਤਾਤਾ ਤੇ ਆਹ ਇਹਨੂੰ ਜਿਤਾਤਾ ਜੀ ਤੇ ਦਾਨੇੜੀ ਸਭ ਜਦੋਂ ਆਪਾਂ ਕਿਸੇ ਨੂੰ ਜਿਤਾਵਾਂਗੇ ਫਿਰ ਕਦੇ ਕਦੇ ਇਹ ਆ ਜਾਂਦਾ ਯਾਰ ਆਪਾਂ ਕਿਸੇ ਨੂੰ ਜਿਤਾ ਰਹੇ ਹਾਂ ਤੇ ਆਪ ਹੀ ਕਿਉਂ ਨਾ ਜਿੱਤ ਲਈ ਆਪ ਹੀ ਨਾ ਕਿਉਂ ਨਾ ਜਿੱਤ ਲਈ ਆਪਾਂ ਇਸ ਪਾਸੇ ਖੜੇ ਹੋ ਜਾਈਏ ਫਿਰ ਉਹ ਖ ਉਹ ਖੜੇ ਹੋਣ ਲੱਗੇ ਤੇ ਅੱਜ ਭਾਰਤ ਦੀ ਪਾਰਲੀਮੈਂਟ ਦੀ ਹਾਲਤ ਕੀ ਹੈ ਜੀ ਕਹਿੰਦੇ 37 38% ਜਿਹੜੇ ਹੈਗੇ ਆ ਅਪਰਾਧਿਕ ਪਿਸ਼ੋਕੜ ਵਾਲੇ ਬੰਦੇ ਪਾਰਲੀਮੈਂਟ ਦੇ ਮੈਂਬਰ ਬਣ ਗਏ ਠੀਕ ਹੈ ਨਾ ਇਹ ਹੈ ਇਮੇਜ ਵਿੱਚ ਜੇ ਹੁਣ ਆਪਾਂ ਦੇਖੀਏ ਤੁਸੀਂ ਇੱਕ ਹੋਰ ਦੇਖੋ ਸਿਲਸਿਲਾ ਹਮ ਨਿਗਾਹ ਮਾਰੋ ਪਾਰਲੀਮੈਂਟ ਦੇ ਵਿੱਚ ਤੁਹਾਨੂੰ ਉੱਥੇ ਮੈਂ ਆਪਣੀ ਹਿਮਾ ਮਾਲੀ ਵੀ ਮਿਲ ਜੂ ਹੂੰ ਹੂੰ ਉੱਥੇ ਆਪਣੀ ਉਹ ਹੰਸਰਾ ਜਾਂਸ ਵੀ ਮਿਲ ਹੰਸਰਾ ਜਾਂਸ ਮਿਸ ਬਚਨ ਵੀ ਮਿਲ ਜੂਗੀ ਹਾਂ ਹਾਂ ਜਯਾ ਬਚਨ ਵੀ ਮਿਲ ਜੂ ਬਿਲਕੁਲ ਰੇਖਾ ਵੀ ਵੇਖੀ ਗਈ ਏ ਇਹ ਸਾਰੇ ਲੋਕ ਜਿਹੜੇ ਚਲੋ ਰੇਖਾ ਤਾਂ ਸਿੱਧੀ ਨੋਮੀਨੇਟ ਹੋਈ ਸੀ ਹੂੰ ਹੂੰ ਇਹ ਲੋਕ ਜਿਹੜੇ ਹੈਗੇ ਆ ਕੋਈ ਰਾਜ ਸਭਾ ਚ ਆ ਗਿਆ ਕੋਈ ਕਿਵੇਂ ਆ ਗਿਆ ਤੇ ਕੁਲਦੀਪ ਮਾਨਕਾ ਪਾਇ ਇੱਥੇ ਆਪਣਾ ਆਪਣਾ ਅਪਨਰ ਸਰਵੇ ਦੇਖਿਆ ਵੇ ਉਹਦਾ ਵਿਚਾਰ ਇੱਥੇ ਆ ਹਾਂ ਹਾਂ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਬੰਦੇ ਜਿਹੜੇ ਬੰਦਿਆਂ ਨੂੰ ਇਕੱਠਾਂ ਬਾਸ ਤੇ ਲੈ ਜਾਂਦੇ ਹੁੰਦੇ ਸੀ ਗਾਉਣ ਵਾਲਿਆਂ ਨੂੰ ਹੂੰ ਹੂੰ ਕਿ ਪਹਿਲਾਂ ਲੀਡਰਾਂ ਨੂੰ ਲੋਕ ਸੁਣਦੇ ਹੁੰਦੇ ਸੀ ਆਜ਼ਾਦੀ ਤੋਂ ਜਦੋਂ ਨਵੀਂ ਨਵੀਂ ਆਜ਼ਾਦੀ ਆਈ ਹੈ ਤੇ ਉਹ ਤੋਂ ਬਾਅਦ ਮੁਲਕ ਆਜ਼ਾਦ ਹੋਇਆ ਆ ਆਪਾਂ ਜਾਂਦੇ ਹੁੰਦੇ ਦੇਖਦੇ ਹੁੰਦੇ ਕਿ ਲੀਡਰ ਆ ਰਹੇ ਤੇ ਲੋਕ ਸਾਰੇ ਸੁਣਦੇ ਵੀ ਲੀਡਰ ਆ ਰਹੇ ਯਾਰ ਇਹ ਗੱਲ ਸੁਣੀਏ ਗੱਲ ਸੁਣੀਏ ਪੋਲਿਟੀਕਲ ਪਾਰਟੀਆਂ ਵਾਲੇ ਕੀ ਕੀ ਪ੍ਰੋਗਰਾਮ ਦਿੰਦੇ ਆਪਾਂ ਇਹ ਸੁਣੀਏ ਫਿਰ ਹੌਲੀ ਹੌਲੀ ਇਹ ਦੇਖਿਆ ਵੀ ਇਹ ਤਾਂ ਫਰਾਡ ਜਿਹਾ ਹੈਗਾ ਯਾਰ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ ਤੇ ਇਹਨਾਂ ਨੇ ਕਰਨਾ ਕਰਉਣਾ ਕਾਕੜੀ ਨੂੰ ਉਹੀ ਕਿਸੇ ਪਿਟੇ ਪੁਰਾਣੇ ਨਾਰੇ ਤੇ ਉਹਨੂੰ ਲੈ ਕੇ ਲੋਕ ਟਾਲਣ ਲੱਗੇ ਫਿਰ ਅਗਰ ਇਕੱਠੀ ਹੁੰਦਾ ਕੀ ਕਰਗੇ ਆਪਣੇ ਜਿਵੇਂ ਹੁਣ ਅਕਾਲੀ ਪੋਲਿਟਿਕਸ ਦੇ ਵਿੱਚ ਟਾਗੇ ਸੀ 12 ਵਾਲੇ 12 ਵਾਲੇ ਠੀਕ ਹੈ ਨੀ ਕਬੀਸ਼ਰ ਆ ਗਏ 12 ਵਾਲੇ ਆ ਗਏ ਮਿਹਰੇ ਪ੍ਰਚਾਰਕਾ ਉਹਨੇ ਆ ਕੇ 12 ਗਈਆਂ ਲੋਕ ਖੜ ਗਏ ਫੇਰ ਥੋੜਾ ਥੋੜਾ ਆ ਗਿਆ ਵੀ ਦੂਜੇ ਗਾਉਂ ਪਾਣੀ ਵਾਲੇ ਸੱਦ ਲੋ ਕਾਂਗਰਸ ਵਾਲੇ ਜਿਹੜੇ ਦੂਜੇ ਹੁੰਦੇ ਸੀ ਜਿਨ੍ਹਾਂ ਕੋਲ 12 ਵਾਲੇ ਨਹੀਂ ਹੁੰਦੇ ਸੀ ਜਾਂ ਉਹਨਾਂ ਦੀਆਂ 12 ਫਿੱਟ ਨਹੀਂ ਹੁੰਦੀਆਂ ਸੀ ਉਹਨਾਂ ਦੀ ਰਾਜਨੀਤੀ ਦੇ ਉਹ ਵਿਰੋਧ ਹੁੰਦੇ ਵੀ ਚਲੋ ਆ ਗਾਉਂ ਪਾਣੀ ਵਾਲੇ ਕਰ ਲਓ ਆ ਦੂਜਾ ਥੋੜਾ ਜਿਹਾ ਹਲਕਾ ਫੁਲਕਾ ਜਿਹਾ ਕੰਮ ਕਰ ਲਈਏ ਉਹ ਹਲਕਾ ਫੁਲਕਾ ਕਰਨ ਵਾਲਾ ਫਿਰ ਉਹਨਾਂ ਨੂੰ ਅਹਿਸਾਸ ਹੋ ਗਿਆ ਯਾਰ ਅਸੀਂ ਕਿਉਂ ਨਹੀਂ ਬਣ ਸਕਦੇ ਤੇ ਤੁਸੀਂ ਇਹ ਦੇਖੋ ਵੀ ਆ ਜਦੋਂ ਠੰਡੀ ਠੰਡੀ ਆਉਂਦੀ ਹੈ ਹਵਾ ਤੇ ਇਧਰ ਕੋਈ ਰੋਂਦਾ ਹੋਏਗਾ ਹੂੰ ਹੂੰ ਇਹ ਜਦੋਂ ਗੱਲ ਕਰਦੇ ਸੀ ਹੰਸ ਰਾਜ ਹੰਸਾਰ ਗਿਆ ਸੀ ਤੇ ਲੋਕ ਕਹਿੰਦੇ ਹੁੰਦੇ ਸੀ ਕਿ ਵੀ ਹਾਂ ਇਹ ਤਾਂ ਹੋਣਾ ਹੀ ਸੀ ਹੂੰ ਹੂੰ ਤੇ ਉਹ ਬੰਦਾ ਜਾ ਕੇ ਦੇਖੋ ਦਿੱਲੀ ਦੇ ਵਿੱਚ ਕਿੰਨੀਆਂ ਵੋਟਰਾਂ ਨਾਲ ਜਿੱਤ ਗਿਆ ਜੀ ਜੀ ਕਿੰਨੇ ਲੋਕ ਹੈਗੇ ਹੁਣ ਆਪਣੇ ਪੰਜਾਬ ਦੇ ਵਿੱਚ ਇਸ ਵੇਲੇ ਦੇਖੋ ਮਾਰੋਕੋਲਾਕਰਾਂ ਤੇ ਨਿਕਾ ਬਿਲਕੁਲ ਕਿੰਨੇ ਕਲਾਕਾਰ ਹੈਗੇ ਸਾਰੇ ਠਾਣੇਦਾਰੀ ਲਈ ਫਿਰ ਮੇਰਾ ਖਿਆਲ ਹੈ ਜੀ ਹੁਣ ਭਗਵੰਤ ਮਾਨ ਹਰਾਂ ਦਾ ਪਰ ਰਾਜਸੀ ਜੀਵਨ ਦੇਖੀਏ ਹੂੰ ਇਹਨਾਂ ਦਾ ਰਾਜਸੀ ਜੀਵਨ ਕਿੰਨਾ ਜੀ 2011 ਦੇ ਵਿੱਚ ਇਹ ਇਨ ਇਨ ਨਹੀਂ ਮਤਲਬ ਇਹ ਇਹਨਾਂ 14 ਚੋਣ ਲੜੀ ਹੈ ਨਾ ਇੱਕ ਜਦੋਂ ਐਮਐਲਏ ਦੀ ਚੋਣ ਲੜੀ ਸੀ ਉਤੋਂ ਲਹਿਰਾ ਕਰ ਉਹ 12 ਵਾਲੀ ਹੈ ਨਾ 12 ਵਾਲੀ 12 ਵਾਲੀ 11 ਦੇ ਵਿੱਚ ਇਹਨਾਂ ਨੇ ਪੀਪਲ ਜੀ ਪਾਰਟੀ ਆ ਪੰਜਾਬ 11 ਜੀ ਬਣਾਈ ਹੈ ਮੇਰੇ ਖਿਆਲ 10 11 ਦੇ ਵਿੱਚ ਉਹੋ ਜਿਹੀ ਬਣਾਈ ਹੈ ਉਦੋਂ ਤੋਂ ਲੈ ਕੇ ਤੇ ਹੁਣ ਹੈਗੀ 24 13-14 ਸਾਲਾਂ ਦਾ ਸਾਰਾ ਰਾਜਸੀ ਜੀਵਨਾ ਤੇ ਮੁੱਖ ਮੰਤਰੀ ਤੇ ਨਾ ਜੀ ਨਾ ਨਾ 5-5 12 ਦੇ ਮੁੱਖ ਮੰਤਰੀਆਂ ਨੂੰ ਐ ਮਾਰੇ ਚੱਕ ਚੱਕ ਕੇ ਵੀ ਉਹ ਚਲੋ ਚਲੋ ਸੁਖਵੀਰ ਸਿੰਘ ਬਾਦਲ ਦੀ ਕਹਿ ਗਈ ਹੈ ਨਾ ਵੀ ਯਾਰ ਵੇਖੋ ਕਿਹੋ ਜਿਹਾ ਤੂਫਾਨ ਆਇਆ ਸੀ ਮੈਂ ਵੀ ਹਾਰ ਗਿਆ ਫਲਾਣਾ ਵੱਡੇ ਬਾਦਲ ਸਾਹਿਬ ਯਾਰ ਵੱਡੇ ਬਾਦਲ ਸਾਹਿਬ ਜੀ ਠੀਕ ਹੈ ਨਾ ਉਹ ਸਾਰੇ ਦੇ ਸਾਰੇ ਮਤਲਬ ਤੁਸੀਂ ਦੇਖੋ ਵੀ ਕਿਹੋ ਜਿਹਾ ਸਿਲਸਲਾ ਆ ਗਿਆ ਸੋ ਇਹ ਫਿਰ ਇਹਨਾਂ ਨੂੰ ਅਹਿਸਾਸ ਹੋ ਜਾਂਦਾ ਹੈ ਵੀ ਆਪਾਂ ਯਾਰ ਹੁਣ ਜਿਹੜਾ ਸਾਰਾ ਕੁਝ ਕਰਦੇ ਆਂ ਤੇ ਇਹਨਾਂ ਨੂੰ ਇਸਤੇਮਾਲ ਕਰੀਏ ਫਿਰ ਉਹ ਇਸਤੇਮਾਲ ਕਰਨ ਲੱਗ ਜਾਂਦੇ ਔਰ ਨਾਲੇ ਜਿਹੜਾ ਹੈਗਾ ਦੂਜਾ ਫਿਰ ਇਕੱਲਾ ਕਹਿੰਦਾ ਯਾਰ ਹੁਣ ਆਪਾਂ ਮੇਅਰ ਵੀ ਬਣ ਸਕਦੇ ਹੂੰ ਮੇਅਰ ਬਣਾ ਵੀ ਸਕਦੇ ਆਂ ਆਪ ਆਪੇ ਮੇਅਰ ਬਣ ਕੇ ਘਰ ਵਾਲੀ ਨੂੰ ਬਣਾ ਦੇਂਗੇ ਨਹੀਂ ਤਾਂ ਕੋਈ ਫਿਰ ਚੇਲਾ ਬਾਲਕਾ ਬਣਾ ਲਾਂਗੇ ਤੇ ਕਮਾਂਡ ਆਪਣੇ ਕੋਲੇ ਹੁੰਦੀ ਕਿਉਂਕਿ ਲੋਕਾਂ ਨੇ ਸ਼ਹਿਰ ਚ ਕਮਾਈ ਬੜੀ ਹੈ ਲੋਕਲ ਬਾਡੀ ਚ ਤਾਂ ਜੀ ਕਿਸੇ ਚੀਜ਼ ਦੇਖ ਲਓ ਤੁਸੀਂ ਲੋਕਲ ਬਾਡੀ ਚ ਕਮਾਈ ਕਿਤੇ ਵੀ ਘਟ ਨਹੀਂ ਪੂਰੀ ਕਮਾਈਏ ਪਰ ਲੁਧਿਆਣਾ ਤਾਂ ਫਿਰ ਲੁਧਿਆਣਾ ਹੈ ਲੁਧਿਆਣਾ ਦਾ ਲੁਧਿਆਣਾ ਹੀ ਹੈ ਇੱਥੇ ਤਾਂ ਵੱਡੇ ਵੱਡੇ ਅਫਸਰਾਂ ਦੇ ਤਲਾਕ ਕਰਾਤੇ ਲੁਧਿਆਣੇ ਬਿਲਕੁਲ 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 ਉੱਥੇ ਕਹਿੰਦੇ ਉਹ ਆਪਣਾ ਕਿਹੜਾ ਉਸ ਇੱਕ ਹੈ ਸੱਤ ਲੋਜ ਸੱਤ ਲੋਜ ਕਲੱਬ ਹੈ ਅਸੀਂ ਇੱਕ ਵਾਰੀ ਕਬਸਰ ਨੂੰ ਮਿਲੇ ਹੂੰ ਹੂੰ ਉਹ ਅਫਸਰ ਅੱਜਕੱਲ ਤਾਂ ਬਹੁਤ ਵੱਡੇ ਅਹੁਦੇ ਤੇ ਹੈ ਅਸੀਂ ਮਿਲੇ ਉਹਦੇ ਕੋਲੇ ਬੈਠ ਕੇ ਗੱਲਾਂ ਕਰਨ ਲੱਗੇ ਵੀ ਕੀ ਚੱਲਦਾ ਜੀ ਕੀ ਚਾ ਉਹ ਕਹਿੰਦਾ ਯਾਰ ਗੱਲ ਇਹ ਹੈ ਉਹਨੂੰ ਪੁੱਛਿਆ ਜੀ ਇੱਥੇ ਕੀ ਕੁਝ ਕਲੱਬਾਂ ਕਲੂਬਾਂ ਚ ਕਹਿੰਦਾ ਵੀ ਮੈਂ ਕਦੇ ਕਿਸੇ ਕਲੱਬ ਨਹੀਂ ਉਹ ਅਬਸਰ ਦਾਬਟੰਡੇ ਨਾਲ ਪਿਛੋਕੜ ਸੀ ਉਹ ਕਹਿੰਦਾ ਯਾਰ ਮੈਨੂੰ ਨਾ ਆਉਂਦਿਆ ਸਾਰੀ ਇੱਥੇ ਕੋਈ ਸਿਆਣਾ ਬੰਦਾ ਮਿਲ ਗਿਆ ਹਮ ਕਹਿੰਦਾ ਮੈਨੂੰ ਕਹਿੰਦਾ ਵੀ ਡੀਸੀ ਸਾਹਿਬ ਬਾਕੀ ਜੋ ਮਰਜ਼ੀਆ ਕਰ ਲਿਓ ਹੂੰ ਸੱਤ ਨੂੰ ਕਲੱਬ ਬਣਾਇਆ ਜਾਣਾ ਸੱਤ ਨੂੰ ਜਗਲਾ ਬਣਾਇਆ ਜਾਏ ਉਹ ਕਹਿੰਦਾ ਜਿਹੜਾ ਇਸ ਕਲੱਬ ਵਾਲੀ ਰਾਜਨੀਤੀ 'ਚ ਪੈ ਗਿਆ ਉਹ ਪੱਟਿਆ ਗਿਆ ਪੱਟਿਆ ਗਿਆ ਤੇ ਸਾਡੇ ਕਹਿੰਦਾ ਕਈ ਅਫਸਰ ਪੱਟੇ ਗਏ ਇਹਦੇ ਪਰ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਮੈਂ ਕਿ ਪੱਟੇ ਕਿ ਮੈਂ ਆਪਣੇ ਕਿਸੇ ਜਰਨਲਿਸਟ ਮਿੱਤਰ ਨਾਲ ਗੱਲ ਕੀਤੀ ਫਿਰ ਉਹਨੇ ਦੱਸਿਆ ਕਿ ਕਿੰਨਾ ਕਿੰਨਾ ਦੇ ਘਰ ਪੱਟੇ ਗਏ ਤੇ ਡਾਈਵੋਰਸ ਹੋ ਗਏ ਇਹ ਤੋਂ ਫਿਰ ਇਹਦਾ ਢਿੱਲੋ ਸਾਹਿਬ ਫਿਰ ਜਿਹੜੀ ਗੱਲ ਹੋਈ ਹੈ ਕਿੱਥੋਂ ਤੱਕ ਚੱਲੀ ਫਿਰ ਜਦੋਂ ਹੁਣ ਖੜਕੀ ਨਗਰ ਨਿਕਮ ਦੇ ਕਮਿਸ਼ਨਰ ਆਮਣੋ ਦੇਖੋ ਗੱਲ ਇਹ ਤੇ ਹੀ ਤਾਂ ਹੁਣ ਪਤਾ ਲੱਗਣਾ ਨੇ ਕਿਉਂਕਿ ਕੱਲ ਦੀ ਗੱਲ ਹੈ ਇਹ ਤੋਂ ਬਾਅਦ ਉਹਨਾਂ ਦਾ ਪ੍ਰਤੀਕਰਮ ਕੀ ਆਉਂਦਾ ਕਮਿਸ਼ਨਰ ਸਾਹਿਬ ਦਾ ਕਮਿਸ਼ਨਰ ਸਾਹਿਬ ਹਾਲੇ ਬੋਲੇ ਨਹੀਂ ਹਮ ਪਰ ਇਹ ਮਤ ਸੋਚੋ ਹਮ ਕਿ ਆਈਏ ਅਫਸਰ ਪੀਸੀ ਅਫਸਰ ਜਿਹੜੇ ਜਿਹਨਾਂ ਨੇ ਇਹ ਕੰਟਰੋਲ ਕਰਨਾ ਜਾਂ ਕਿਵੇਂ ਮਤਲ ਜਿਹੜੀਆਂ ਲੋਕਲ ਬਾਡੀ ਦੇ ਵਿੱਚ ਲੋਕਲ ਬਾਡੀ ਦੇ ਵਿੱਚ ਵੀ ਇੱਕ ਬਹੁਤ ਵੱਡਾ ਕਾਕਸ ਹੈ ਹਮ ਹਮ ਉਹ ਕਾਕਸ ਕਿਵੇਂ ਚੁੱਪ ਕਰੂਗਾ ਤੁਸੀਂ ਲੋਕਲ ਬਾਡੀ ਦੇ ਵਿੱਚ ਦੇਖੋ ਦਾਨਿਆੜੀਆ ਸਭ ਮੈਨੂੰ ਤਾਂ ਇਹੋ ਜਿਹਾ ਪਤਾ ਲੱਗ ਹੀ ਜਾਂਦਾ ਹੈ ਹਮ ਹਮ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਅ ਜਿਹੜੀ ਹੈਗਣਾ ਕੀ ਹੁੰਦੀ ਹੈ ਉਹ ਇਜ਼ਰਾ ਅੱਛਾ ਜਾਲੀ ਇਰਾਹ ਪਾਤੀਆਂ ਤੁਹਾਡੀ ਜ਼ਮੀਨ ਆਈ ਨਹੀਂ ਕੀਤੀ ਨਹੀਂ ਹੂੰ ਮੈਂ ਜਰਾ ਪਾਤੀ ਜੀ ਮੇਰੀ ਜ਼ਮੀਨ ਆ ਗਈ ਸੀ ਇਹਨਾਂ ਨੇ ਟਰਸਟ ਵਾਲਿਆਂ ਨੇ ਐਕਵਾਇਰ ਕਰ ਲਈ ਇੰਪਰੂਵਮੈਂਟ ਟਰਸਟ ਵਾਲਿਆਂ ਨੇ ਅੱਛਾ ਤੇ ਦੂਜੇ ਪਾਸੇ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਕਿਹਾ ਤਾਂ ਹਾਂਜੀ ਵਕੀਲ ਸਾਹਿਬ ਤੁਸੀਂ ਕਹਿ ਦਿਓ ਹਾਂਜੀ ਕਰ ਲਈ ਸੀ ਹੂੰ ਹੂੰ ਇਹਦਾ ਇੰਨਾ ਬਣਦਾ ਜੀ ਦਿੱਤਾ ਨਹੀਂ ਕਹਿੰਦੇ ਕਈ ਸੈਂਕੜੇ ਕਰੋੜ ਰੁਪਈਆ ਉੱਥੋਂ ਜਿਹੜਾ ਹੈਗਾ ਲੋਕੋ ਲੋਕੋ ਨੂੰ ਉਹੀ ਲੱਗੇ ਜਿਹੜਾ ਮਾਵਦਾ ਚੱਕੀ ਹਮਾਵਦਾ ਚੱਕ ਕੇ ਲਏਗੇ ਤੇ ਹੁਣ ਵਿਜੀਲੈਂਸ ਵਾਲ ਨੇ ਕੇਸ ਰਜਿਸਟਰ ਕੀਤਾ ਹੈ ਹੂੰ ਦੱਸੋ ਉਹਦੇ ਵਿੱਚੋਂ ਇੱਕ ਤਾਂ ਕਹਿੰਦੇ ਭਲਾ ਮਾਨਸ ਇਹੋ ਜਿਹਾ ਹੈ ਇੱਕ ਤਾਂ ਜਿਹੜਾ ਐਗਜ਼ੀਕਟਿਵ ਆਫੀਸਰ ਹੈ ਹੂੰ ਉਹ ਐਗਜ਼ੀਕਟਿਵ ਆਫੀਸਰ ਨੂੰ ਪਹਿਲਾਂ ਵੀ ਉਤੇ ਪਰਚੇ ਹੋਏ ਹੈ ਉਹਨੂੰ ਚਾਰਜ ਸ਼ੀਟ ਕਰਨਾ ਬਣਦਾ ਸੀ ਉਹਨੂੰ ਕਹਿੰਦੇ ਵੀ ਇੱਕ ਚੇਅਰਮੈਨ ਦੀ ਇੱਛਾ ਦੇ ਉਲਟ ਹੂੰ ਇੱਕ ਵੱਡੇ ਸ਼ਹਿਰ ਦੇ ਵਿੱਚ ਈਓ ਲਾਤਾ ਅੱਛਾ ਜੀ ਤੇ ਮੈਨੂੰ ਇਹ ਪਤਾ ਲੱਗਿਆ ਹੁਣ ਆਪਾਂ ਨਾ ਨਹੀਂ ਰਹਿ ਸਕਦੇ ਕਿਉਂਕਿ ਕਾਪੀ ਮੇਰੇ ਕੋਲ ਹੈ ਨਹੀਂ ਮੈਂ ਪੜ੍ਹੀ ਹੈ ਹੂੰ ਕਹਿੰਦੇ ਚੇਅਰਮੈਨ ਸਾਹਿਬ ਨੇ ਤਾਂ ਚਿੱਠੀ ਲਿਖਤੀ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਜੀ ਜਿਹੜਾ ਬੰਦਾ ਚਾਰ ਸ਼ੀਟ ਹੋਣਾ ਚਾਹੀਦਾ ਸੀ ਇੱਥੇ ਕਿਵੇਂ ਲਾਤਾ ਤੁਸੀਂ ਦਾ سلسلہ ਉਹ ਕਹਿੰਦੇ ਮੈਨੂੰ ਹੁਣ ਪਤਾ ਲੱਗਿਆ ਹੈ ਵੀ ਚਾਰ ਪੰਜ ਦਿਨ ਤੋਂ ਉਹ ਵੀ ਭਗੌੜਾ ਹੈ ਅੱਛਾ ਜੀ ਆਪਦੇ ਦਫ਼ਤਰ ਨੂੰ ਜਿੰਦਾ ਲਾ ਕੇ ਉਹ ਵੀ ਭੱਜਿਆ ਹੋਇਆ ਕਿਉਂਕਿ ਕੰਪਰਸਰ ਵਾਲੇ ਉਸ ਕਪਲੇ ਦੇ ਵਿੱਚ ਉਹਦਾ ਨਾਮ ਬੋਲਦਾ ਹੁਣ ਇਹ ਜਿਹੜੇ ਇਸ ਕਿਸਮ ਦੇ ਕਪਲੇ ਆ ਇਹ ਕਪਲੇ ਦੀ ਆਪਾਂ ਕਹਿੰਦੇ ਥੱਲੇਡੇ ਲੈਵਲ ਤੇ ਨਹੀਂ ਹੁੰਦੀ ਇਹ ਉੱਪਰ ਤੱਕ ਉੱਪਰ ਤੱਕ ਜਾਂਦੇ ਇਹ ਉੱਪਰ ਤੱਕ ਜਾਂਦੇ ਤੇ ਉੱਪਰ ਵਾਲੇ ਫਿਰ ਉਹ ਸਿਲਸਿਲੇ ਉਹ ਕਹਿੰਦੇ ਵੀ ਸਾਡੀ ਜਿਹੜੀ ਹੈਗੀ ਰਿਆ ਇਸ ਰਸਤੇ ਦੇ ਵਿੱਚ ਬਾਹਰਲਾ ਬੰਦਾ ਦਖਲ ਕਿਵੇਂ ਦੇ ਦੇ ਔਰ ਉਹ ਦਖਲੰਦਾਜ਼ ਜੀ ਮੈਨੂੰ ਲੱਗਦੀ ਹੈ ਵੀ ਇਹ ਨੂੰ ਕੋਈ ਨਾ ਗੁਰਾਂਗੇ ਦਿਖਾਉਣਗੇ ਕੀ ਕੀ ਹੁੰਦਾ ਆਪਣੇ ਬਟਿੰਡੀ ਦੇਖ ਲੋ ਇੰਪਰੂਵਮੈਂਟ ਟਰਸਟ ਦੇ ਕਿੰਨਾ ਚਰਚੇ ਤੀ ਉਹ ਹੈ ਕਿੰਨੇ ਉਹਦੇ ਚਾਰਜੇ ਲੱਗੇ ਕੀ ਲੱਗਾ ਘਮਕਵਾ ਕੇ ਵੀ ਇੱਥੇ ਨਹੀਂ ਹੁਣ ਤਾਂ ਹੈ ਨਹੀਂ ਨੀ ਹੁਣ ਹੈ ਨਹੀਂ ਪਰ ਹਾਂ 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 ਬੜੇ ਬੜੇ ਚਲ ਉਹ ਦੇਖ ਲੋ ਤੁਸੀਂ ਤੁਸੀਂ ਇਥੇ ਕਾਰਪੋਰੇਸ਼ਨ ਦੇ ਵਿੱਚ ਦੇਖ ਲੋ ਇੱਕ ਉਹ ਜਿਹੜੇ ਹੈਗੇ ਸੀ ਇੰਜੀਨੀਅਰ ਸਾਹਿਬ ਇੰਜੀਨੀਅਰ ਸਾਹਿਬ ਹਾਂ ਉਹ ਕਿਤੇ ਦੀ ਕਿਤੇ ਮੇਰਾ ਖਿਆਲ ਹੈ ਵੀ ਮੈਨੂੰ ਤਾਂ ਦਾਨੇੜੀਆ ਸਾਹਿਬ ਇੱਕ ਆਪਣੇ ਪਿਛਲੇ ਦਿਨਾਂ ਚ ਆਪਾਂ ਖਬਰ ਕੀਤੀ ਵੀ ਸੀ ਇੱਕ ਜੇਈ ਤੋਂ ਚੀਫ ਇੰਜੀਨੀਅਰ ਬਣ ਗਏ ਸੀਗੇ ਗਮਾੜਾ ਦੇ ਇੰਚਾਰਜ ਲੱਤੇ ਸੀ ਪਲਵਾਨ ਹਾਂ ਜੀ सुरेंद्र ਸਿੰਘ ਪਲਵਾਨ ਹੂੰ ਹੂੰ ਤੇ ਪਲਵਾਨ ਦਾ ਵੀ ਇੰਨਾ ਕੁਝ ਹੋ ਗਿਆ ਮੈਂ ਜਿਹੜ ਜਿਹ ਜਿੰਨੀ ਹੁਣ ਮੈਂ ਜਾਣਕਾਰੀ حاصل ਕੀਤੀ ਹੈ ਹੂੰ ਹੂੰ ਉਹ ਕਹਿੰਦੇ ਕਿਸੇ ਮਹਿਕਮੇ ਦੇ ਵਿੱਚ ਹੀ ਚੱਕ ਲੋ ਪਲਵਾਨ ਹਰ ਇੱਕ ਮਹਿਕਮੇ ਵਿੱਚ ਹੀ ਹੈਗਾ ਅੱਛਾ ਇੱਕ ਪਲਵਾਨ ਜ਼ਰੂਰ ਹੈਗਾ ਹਰ ਇੱਕ ਕਾਰਪੋਰੇਸ਼ਨ 'ਚ ਹੈਗਾ ਹਾਂ ਹਾਂ ਲੋਕਲ ਬਾਡੀਜ਼ ਦੇ ਵਿੱਚ ਤਾਂ ਕਹਿੰਦੇ ਵੀ ਬੜੇ ਵੱਡੇ ਵੱਡੇ ਪਲਵਾਨ ਹੈ ਅੱਛਾ ਜੀ ਉਹ ਪਲਵਾਨ ਤਾਂ ਕੁਝ ਵੀ ਨਹੀਂ ਹੂੰ ਹੂੰ ਕਹਿੰਦੇ ਇੱਕ ਜੇਈ ਭਰਤੀ ਹੋ ਕੇ ਬੰਦਾ ਲੋਕਲ ਬਾਡੀ ਦੇ ਵਿੱਚ ਜੀ ਤੇ ਮੈਨੂੰ ਪਤਾ ਲੱਗਿਆ ਜੀ ਉਹਦੇ ਕੋਲ ਪ੍ਰਾਪਰਟੀ ਕਿ ਨਹੀਂ ਕ ਕਈ ਸੈਂਕੜੇ ਕਰੋੜ। ਕਈ ਸੈਂਕੜੇ ਕਰੋੜ। ਇਸ ਕਰਕੇ ਇਹ ਨੀ ਚੁੱਪ ਨੇ। ਇਹ ਜਾਲਸਾ ਜੀਆਂ ਦਾ ਢਲੋ ਸਾਬੜ ਗਿਆ ਤਖੜ ਗਿਆ। ਨਹੀਂ ਜਾਲਸਾ ਜੀਆਂ ਜਿਹੜੀਆਂ ਨੇ ਉਹ ਮਿਲ ਮਲਾਇ ਤੋਂ ਬਗੈਰ ਬਗੈਰ ਹੁੰਦੀਆਂ ਨਹੀਂ। ਤੁਸੀਂ ਇਹ ਦੇਖੋ ਆਪਾਂ ਇਹ ਗੱਲ ਕਰਦੇ ਆਂ ਵੀ ਕੈਨੇਡਾ ਦੀ ਗੱਲ ਕਰ ਲਈ। ਹੂੰ ਹੂੰ। ਕੈਨੇਡਾ ਦੇ ਨਾਲੋਂ ਸਾਡੀ ਧਰਤੀ ਜ਼ਿਆਦਾ ਉਪਜਾਊ ਹੈ। ਬਿਲਕੁਲ ਹੈਗੀ। ਸਾਡੇ ਲੋਕ ਉੱਥੇ ਨਾਲੋਂ ਜ਼ਿਆਦਾ ਮਿਹਨਤੀ ਹੈ। ਹਮਮ ਅੱਜ ਵੀ ਕੈਨੇਡਾ ਦੇ ਵਿੱਚ ਜਿਹੜੇ ਲੋਕ ਮਿਹਨਤ ਕਰਦੇ ਆ ਉਹ ਸਾਡੇ ਪੰਜਾਬੀ ਹੈ। ਜੀ ਜੀ। ਪਰ ਅਸੀਂ ਪਛਾਣੂ ਕਿਉਂ ਜਾਂਦੇ ਆ ਤੇ ਉਹ ਅੱਗੇ ਨੂੰ ਕਿਉਂ ਜਾਂਦੇ ਆ? ਹਮਮ ਕਿਉਂਕਿ ਸਾਨੂੰ ਜਿਹੜਾ ਆਹ ਕੌਣ ਖਾ ਰਿਹਾ ਨਾ ਜਿਹੜਾ ਇਸ ਕਿਸਮ ਦਾ ਜਿਹੜਾ ਮਤਲਬ ਅਣਹੋਈਆਂ ਹਮਮ ਜਿਹੜੀਆਂ ਅਣਹੋਈਆਂ ਕਾਰਵਾਈਆਂ ਹੋਣ ਵਾਲੀਆਂ ਜਿਹੜੀਆਂ ਇਹ ਕੌਣ ਸਾਨੂੰ ਖਾਂਦਾ ਨਾ ਇਹ ਹੈ ਅਸਲ ਦੇ ਵਿੱਚ ਅਸਲ ਕਾਰਨ। ਹਮਮ ਜਿਹਦਾ ਕਰਕੇ ਮਤਲਬ ਹੈ ਵੀ ਕਿਉਂ ਪਰੇਸ਼ਾਨ ਹੋ ਜਾ ਰਿਹਾ ਹੈ ਇੰਡੀਆ ਜਾਂ ਪੰਜਾਬ ਕਿਉਂ ਪਰੇਸ਼ਾਨ ਹੋ ਪਈ ਕਿਸੇ ਜਮਾਨੇ ਦੇ ਵਿੱਚ ਆਪਾਂ ਦੇਖੋ ਪੰਜਾਬ ਨੰਬਰ 1 ਦੀ ਆਰਥਿਕਤਾ ਹੁੰਦੀ ਸੀ ਭਾਰਤ ਦੇ ਵਿੱਚ ਤੇ ਅੱਜ ਹੇਠਲੇ ਪਾਸੇ ਨੰਬਰ 8 ਲੋਕਾਂ ਦਾ ਚੌਥਾ ਹੈ ਹਾਂ ਹੇਠਲੇ ਪਾਸੇ ਚੌਥਾ ਹੈ ਦਾ ਕਾਰਨ ਕੀ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਪੰਜਾਬ ਜਿਹੜਾ ਉਹ ਦੌਰ ਸੀ ਨਾ ਕਾਲਾ ਦੌਰ ਉਸ ਕਾਲੇ ਦੌਰ ਦੇ ਵਿੱਚ ਜੋ ਫਿਰ ਬਿਊਰੋਕ੍ਰੇਸੀ ਨੂੰ ਠਾਠਾ ਹੋਈ ਹੈ ਜੀ ਵੀ ਜਿਵੇਂ ਮਰਦੀ ਹੈ ਲੁੱਟ ਲੋਗੀ ਕਰ ਲੂ ਬੇताज ਬਾਦਸ਼ਾਹ ਬੇताज बादशाह ਉਸ ਤੋਂ ਬਾਅਦ ਮਤਲਬ ਅਭੀ ਕੋਈ ਕੰਟਰੋਲ ਹੀ ਨਹੀਂ ਰਿਹਾ ਕਿਸੇ ਦਾ ਉਹ ਇਨੇ ਐਡੇ ਵੱਡੇ ਕਈ ਵਾਰੀ ਆਪਾਂ ਨੂੰ ਇਹ ਦਿਸਦਾ ਵੀ ਜੀ ਆ ਦੇਖੋ ਬਾਦਲ ਕਹਿੰਦੇ ਆ ਬਣਾ ਲਿਆ ਜੀ ਕੈਪਟਨ ਨੇ ਆ ਬਣਾ ਲਿਆ ਜੀ ਕੋਈ ਭਗਵੰਤ ਮਾਨ ਤੇ ਵੀ ਇਲਜ਼ਾਮ ਲਾਈ ਜਾਂਦੇ ਪਰ ਸਭ ਤੋਂ ਵੱਡੀ ਜੇ ਤੁਸੀਂ ਦੇਖੋ ਕਿ ਜਿਹੜਾ ਬੰਦਾ ਜਦੋਂ ਕੋਈ ਬੰਦਾ ਭਰਤੀ ਹੁੰਦਾ ਬਿਊਰੋਕ੍ਰੇਸੀ ਚ ਆਉਂਦਾ ਜੀ ਜੀ ਜਿਦਨੋ ਭਰਤੀ ਹੋਇਆ ਉਹਦਾ ਉਸ ਦਿਨ ਦਾ ਐਫੀ ਡੈਪਟ ਕੱਢ ਕੇ ਦੇਖ ਲੋ ਤੇ ਅੱਜ ਦਾ ਕੱਢ ਦੋ ਤੇ ਉਹਦਾ ਅੱਜ ਦਾ ਤੁਸੀਂ ਦੇਖ ਲੋ ਕੀ ਕਿਥੇ ਕਿਥੇ ਦੀ ਕਿਥੇ ਗੱਲ ਗਈ ਹੂੰ ਹੂੰ ਇੰਨੀਆਂ-ਇੰਨੀਆਂ ਪ੍ਰਾਪਰਟੀਆਂ ਐ ਡੇਡਾ ਜਿਗਾਰ ਬਗੜ ਮੈਂ ਕਹਿੰਨਾ ਵੀ ਜਿਹੜਾ ਨਮਾ ਚੰਡੀਗੜ੍ਹ ਹੈ ਉਹ ਸਾਰਾ ਇਹਨਾਂ ਦਾ ਹੀ ਹੈ ਨਮਾ ਚੰਡੀਗੜ੍ਹ ਦੇ ਵਿੱਚ ਜਿਹੜੇ ਖੱਬੀ ਖਾਨ ਅਫਸਰ ਹਨਾ ਹੁਣ ਵੀ ਅਸੀਂ ਆ ਕਰ ਸਾਰਿਆਂ ਦੇ ਜਾ ਕੇ ਦੇਖੋ ਹੂੰ ਹੂੰ ਇੰਨੇ ਇੰਨਿਆ ਇੰਨੇ ਸੈਂਕੜੇ ਲ ਪਏ ਆ ਨਵੇਂ ਚੰਡੀਗੜ੍ਹ ਦੇ ਵਿੱਚ ਛਾੜੀ ਦੀ ਗੱਲ ਹੂੰ ਹੂੰ ਸੈਂਕੜੇ ਸੈਂਕੜੇ ਕਰੋੜਾਂ ਰੁਪਏ ਕਰੋੜਾਂ ਰੁਪਏ ਸੈਂਕੜੇ ਕਰੋੜਾਂ ਰੁਪਈਆ ਇਹ ਕਾਲਾ ਮਾਲਾ ਤਾਂ ਤੁਸੀਂ ਉਹਨਾਂ ਦੀ ਤਾਂ ਗੱਲ ਕਰ ਲਈ ਫਿਰ ਇੱਕ ਐਵੀ ਚਰਚਾ ਦਾ ਇਹ ਵਿਸ਼ਾ ਸੀਗਾ ਚਰਚਾ ਸੀ ਕਹਿੰਦੇ ਵੀ ਭਾਵੇਂ ਤੁਸੀਂ ਗਰਦੌਰੀ ਕਰਵਾ ਲਓ ਘਰੇ ਬੈਠੇ ਭਾਵੇਂ ਤੁਸੀਂ ਆਪ ਦਾ ਇੰਤਕਾਲ ਚੜਵਾ ਲਓ ਭਾਵੇਂ ਪਟਵਾਰੀ ਤਹਿਸੀਲਦਾਰ ਲਵਾ ਲਓ ਤੇ ਤਹਿਸੀਲਦਾਰ ਨੂੰ ਪਟਵਾਰੀ ਲਵਾ ਲਓ ਉਸ ਮੰਤਰੀ ਦੇ ਘਰੇ ਵੀ ਫਿਰ ਵੜਗੀ ਕਹਿੰਦੇ ਵਿਜੀਲੈਂਸ ਜੀ ਦੇਖੋ ਜਾਨੀਆ ਸਾਹੋ ਤਾਂ ਵਿਜੀਲੈਂਸ ਦਾ ਬਾਬਾ ਚਿਰਦੀ ਬੜੀ ਐ ਲੋਕ ਤਾਂ ਉਡੀਕਦੇ ਸੀ ਕਿ ਵਿਜੀਲੈਂਸ ਠੰਡੀ ਜੀ ਪੈਗੀ ਠੰਡੀ ਜੀ ਪੈ ਗਈ ਅੱਛਾ ਉਦੋਂ ਹੁਣ ਕਾਰਨ ਵੀ ਇਹ ਹੈ ਮੇਰੇ ਖਿਆਲ ਮੁਤਾਬਕ ਵੀ ਥੋੜਾ ਜਿਆਦਾ ਜਿਹੜੇ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਹੈ ਉਹਨਾਂ ਕੋਲੇ ਜ਼ਿੰਮੇਵਾਰੀਆਂ ਵਾੜੀਆਂ ਦਿੱਤੀਆਂ ਸੀ ਅੱਛਾ ਜੀ ਕਿਉਂਕਿ ਇਦਰ ਤਾਂ ਹੈ ਹੀ ਇਸ ਇਨਾਲੂ ਨੂੰ ਦਿੱਤਾ ਸੀ ਫਿਰ ਦੂਜੇ ਪਾਸੇ ਇੰਟੈਲੀਜੈਂਸ ਵਾਲਾ ਮਾਮਲਾ ਵੀ ਹੁਣ ਇੰਟੈਲੀਜੈਂਸ ਦੇ ਵਿੱਚ ਨਵੇਂ ਅਫਸਰ ਆ ਗਏ ਤੇ ਸ਼ਾਇਦ ਹੁਣ ਥੋੜਾ ਜਿਆਦਾ ਧਿਆਨ ਉਹਨਾਂ ਨੇ ਕੇਂਦਰ ਤੇ ਇਸੇ ਪਾਸੇ ਕੀਤਾ ਹੋਇਆ ਜੀ ਅਰ ਜੋ ਕੁਛ ਮਤਲਬ ਹੈ ਪਿਛਲੇ ਸਮੇਂ ਚ ਹੁੰਦਾ ਰਿਹਾ ਹੈ ਉਹ ਤਾਂ ਮੇਰੇ ਖਿਆਲ ਹੈ ਵੀ ਖੱਟੀ ਖੀਰ ਦਾ ਸਲਾਉਣਾ ਕੀ ਸਲਾਉਣਾ ਕੀ ਅੱਛਾ ਜੀ ਉਹਨਾਂ ਕੋ ਸ਼ਾਇਦ ਤੇ ਐਂ ਲੱਗਦਾ ਸੀਗਾ ਵੀ ਮੰਤਰੀ ਜੀ ਜਿਹੜੇ ਹੈਗੇ ਆ ਹੁਣ ਤਾਂ ਬਚ ਗਏ ਅੱਛਾ ਜੀ ਕਿਉਂਕਿ ਮੰਤਰੀ ਜੀ ਕਾਂਗਰਸ ਪਾਰਟੀ ਦਾ ਜਿਹੜਾ ਹੋਇਆ ਸਿਲਸਲਾ ਖਤਮ ਹੋਇਆ ਤੇ ਉਹ ਛੱਡ ਕੇ ਨਾਲ ਦੀ ਨਾਲ ਕਾਂਗਰਸ ਚਲੇ ਕਾਂਗਰਸ ਛੱਡ ਕੇ ਬੀਜੇਪੀ ਚਲੇ ਗਏ ਜੀ ਇੱਥੇ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਇਹ ਮੰਤਰੀ ਜੀ ਕਿਸੇ ਜ਼ਮਾਨੇ ਦੇ ਵਿੱਚ ਇੰਡੀਪੈਂਡੈਂਟ ਜਿੱਤੇ ਹੂੰ ਫਿਰ ਇਹ ਅਕਾਲੀ ਦਲ ਵੱਲੋਂ ਜਿੱਤ ਪਈ ਜੀ ਅ ਨਾ ਇੰਡੀਪੈਂਡੈਂਟ ਸੀ ਇੰਡੀਪੈਂਡੈਂਟ ਲੋਕਾਂ ਕਾਂਗਰਸ ਚਾਗਰ ਕਾਂਗਰਸ ਚਾਗਰ ਅਕਾਲੀ ਦਲ ਚ ਜੁਆਇਨ ਕਰ ਗਏ ਸੀ ਜੁਆਇਨ ਕਰ ਗਏ ਸੀ ਪਰ ਇੰਡੀਪੈਂਡੈਂਟ ਅਕਾਲੀ ਦਲ ਦਾ ਅਫੀਸ਼ੀਅਲ ਮੈਂਬਰ ਨਹੀਂ ਬਣੇ ਸੀ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਚਲੇ ਗਏ ਸੀ ਕਿ ਕਾਂਗਰਸ ਦੇ ਨਾਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਤਾਂ ਫਿਰ ਪੁੱਤਰੀ ਬਣ ਗਈ ਸੀ ਉਹ ਕਹਿੰਦੇ ਹੁੰਦੇ ਸੀਗੇ ਮੈਂ ਭਾਸ਼ਣ ਸੁਣਿਆ ਸੀ ਇੱਕ ਵਾਰੀ ਜਦੋਂ 2017 ਕੀ 2012 ਦੀ ਇਲੈਕਸ਼ਨ ਸੀ 17 ਪੁੱਤਰ ਤਾਂ ਵੈਸੇ ਆਪਣੇ ਕੀ ਕਹਿੰਦੇ ਬਣ ਗਏ ਸੀਗੇ ਗੁਰਦਾਸ ਬਾਦਲ ਜੀ ਦੇ ਵੀ ਨਹੀਂ ਐ ਤਾਂ ਵੱਡੇ ਬਾਦਲ ਸਾਹਿਬ ਦੇ ਵੀ ਤਾਂ ਵੱਡੇ ਬਾਦਲ ਸਾਹਿਬ ਦਾ ਨਾਂ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਗੁਰੂ ਨਾਨਕ ਦੇਵ ਜੀ ਜਿਹੇ ਜਿਹੇ ਹੈਗੇ ਨਾ ਮੇਰੇ ਐਸੇ ਬਾਦਲ ਸਾਹਿਬ ਉਹ ਹੈ ਪਰ ਉਹ ਮੈਂ ਜਿਹੜੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੂੰ ਹੂੰ ਦਾ ਦੌਰ ਸੀ ਜੀ ਤੇ ਇਲੈਕਸ਼ਨ ਹੋਣੀ ਸੀ ਤੇ ਇਲੈਕਸ਼ਨ ਵੇਲੇ ਮੈਂ ਭਾਸ਼ਣ ਸੁਣਿਆ ਸੀ ਕਿ ਦੇਖੋ ਜੀ ਗੱਲ ਕੀ ਹੈ ਅਸੀਂ ਸਾਡਾ ਤੁਸੀਂ ਇਹ ਦੇਖੋ ਹਾਂ ਜੀ ਚਾਹ 2000 ਹਾਂ ਉਹ 2000 ਵਾਲੀ ਗੱਲ 2000 ਸਤਾਰਾ ਲਈਏ ਹੂੰ ਹੂੰ ਕਿ ਜੀ ਸਾਡੇ ਮਾਤਾ ਜੀ ਜੀ ਇਹ 2000 ਇਹ ਹੈਗੇ ਐ 14 ਵਾਲੇ 14 14 14 12 ਨਹੀਂ ਚਾਏ ਹੂੰ ਹੂੰ ਕਿ ਸਾਡੇ ਮਾਤਾ ਜੀ ਜਿਹੜੇ ਹੈਗੇ ਐ ਉਹ ਕੇਂਦਰ ਚ ਵਜੀਰ ਹੈ ਅੱਛਾ ਜੀ ਮਹਾਰਾਣੀ ਪ੍ਰਨੀਤ ਕੌਰ ਤੇ ਸਾਡੇ ਪਿਤਾ ਜੀ ਮੁੱਖ ਮੰਤਰੀ ਬਣਨ ਵਾਲੇ ਅੱਛਾ ਜੀ ਤੇ ਤੁਸੀਂ ਜੀ ਹੁਣ ਦੱਬ ਕੇ ਪਾਓ ਵੋਟਾਂ ਤੇ ਆਪਣੇ ਸਾਰੇ ਬਾਰੇ ਨੇ ਆ ਰਹੇ ਤੇ ਇਹ ਇਲਾਕਾ ਸੁਧਾਰ ਦੇਣਗੇ ਸੁਧਾਰ ਦੇਣਗੇ ਤੇ ਜਦੋਂ ਦਾਨੇ ਵਾਲਿਆ ਸਾਹਿਬ ਰਾਤ ਨੂੰ ਟਵੀਟ ਕਿਤੇ ਅੱਧੀ ਰਾਤ ਨੂੰ ਕੀਤਾ ਕਿ ਤੜਕੇ ਸੀਐਲਪੀ ਦੀ ਮੀਟਿੰਗ ਹੈ ਹਮ ਕੈਪਟਨ ਮਹਿੰਦਰ ਸਿੰਘ ਦਾ ਜਦੋਂ ਮਾੜਾ ਸਮਾਜ ਸ਼ੁਰੂ ਹੈ ਤੇ ਕੈਪਟਨ ਸਾਹਿਬ ਉੱਠੇ-ਅੱਠੇ ਤੇ ਪਤਾ ਲੱਗਿਆ ਜੀ ਅੱਜ ਤਾਂ ਮੀਟਿੰਗ ਹੈ ਹਮ ਕਹਿੰਦੇ ਵੀ ਇਹ ਸੰਭਵ ਕਿਵੇਂ ਹੈ ਕਿ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਹਮ ਹਮ ਕਿ ਸੀਐਲਪੀ ਦੀ ਮੀਟਿੰਗ ਹੋਈ ਹੈ ਕਾਂਗਰਸ ਲੈਜਿਸਲੇਟਿਵ ਪਾਰਟੀ ਦੀ ਮੀਟਿੰਗ ਹੋ ਰਹੀ ਹੈ ਜੀ ਕਹਿੰਦੇ ਹੋ ਰਹੀ ਹੈ ਹਮ ਹਮ ਚਲੋ ਉਹਨਾਂ ਨੇ ਪਤਾ-ਪਤਾ ਕਰ ਲਿਆ ਤਿਆਰਤੂਰ ਹੋ ਗਏ ਤੇ ਉਹਨਾਂ ਨੇ ਕਿਹਾ ਬਿਲਾਓ ਵੀ ਆਪਣੇ ਜਿਹੜੇ ਹੈਗੇ ਆ ਤੇ ਨੇੜਲੇ ਨੇੜਲੇ ਬੰਦੇ ਤੇ ਸਭ ਤੋਂ ਪਹਿਲਾਂ ਜੀ ਫਿਰ ਉਹ ਮੰਤਰੀ ਜੀ ਜਿਹੜੇ ਪੁੱਤਰ ਬਣੇ ਹੋਏ ਸੀ ਹੂੰ ਉਹਨਾਂ ਨੇ ਕਹਿੰਦੇ ਜੀ ਆਪਦੇ ਘਰ ਨੂੰ ਛੱਡ ਕੇ ਨਾ ਤੇ ਆਪ ਦਾ ਮੋਬਾਈਲ ਕਰ ਲਿਆ ਬੰਦ ਤੇ ਕਿਤੇ ਹੋਰ ਲੋਕੇ ਜਾ ਕੇ ਅੱਛਾ ਜੀ ਉਹ ਭਾਲਦੇ ਫਿਰਨ ਵੀ ਟੈਲੀਫੋਨ ਟੱਲੀਆਂ ਵੱਜੀ ਜਾਂਣ ਚੱਕੇ ਨਾ ਕੋਈ ਹੂੰ ਮੋਬਾਈਲ ਮਲਾਉਣ ਤਾਂ ਮਿਲੇ ਨਾ ਬੰਦੇ ਪੇ ਜੇ ਕਹਿੰਦੇ ਜੀ ਘਰੇ ਹੈ ਨਹੀਂ ਹੂੰ ਕਹਿੰਦੇ ਕਿੱਥੇ ਗਏ ਤੇ ਜੀ ਉਦੋਂ ਪਤਾ ਲੱਗਿਆ ਜੀ ਦੋ ਦੂਜੇ ਪਾਸੇ ਚਲੇ ਗਏ ਚਲੇ ਗਏ ਚਲੋ ਦੂਜੇ ਪਾਸੇ ਚਲੇ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਉਹ ਜਾਣੀ ਹੂੰ ਹੂੰ ਤੇ ਫਿਰ ਹੋਇਆ ਏ ਵੀ ਉਜੇ ਪਾਸੇ ਵਾਲਿਆਂ ਨੇ ਵੀ ਧਕਾ ਨਾ ਪਾਇਆ ਹੂੰ ਹੂੰ ਉਹ ਕਹਿੰਦੇ ਵੀ ਤੂੰ ਤਾਂ ਉਧਰ ਸੀ ਆਂਗੂਰੀਆਂ ਚੜੀਆਂ ਵੀ ਗਏ ਹਾਂ 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 ਉਹ ਛੱਡ ਗਏ ਜੀ ਉਹਨਾਂ ਨੇ ਛੱਡਤਾ ਤੇ ਫਿਰ ਰੋਣ ਪਿੱਟਣ ਵਾਲੀ ਗੱਲ ਕਰ ਲਈ ਉਹਦੇ ਚਲੇ ਗਏ ਫੁੱਲ ਫੜ ਲਿਆ ਫਿਰ ਹਾਂ ਫੁੱਲ ਤਾਂ ਫਿਰ ਉਹ ਹਾਰਨ ਤੋਂ ਬਾਅਦ ਫੜਿਆ ਨਾ ਹਾਂਜੀ ਹਾਰਨ ਤੋਂ ਬਾਅਦ ਫੁੱਲ ਫੜ ਲਿਆ ਹੂੰ ਫੁੱਲ ਵਾਲਿਆਂ ਦੇ ਸੀ ਵੀ ਆਪਾਂ ਤਾਂ ਠਾਠਾ-ਬਠਾ ਕਰਾਂਗੇ ਵੈਸੇ ਉਹ ਫੁੱਲ ਵਾਲੇ ਨੇ ਦੇਤੇ ਸੀ ਪੰਜ-ਸੱਤ ਦਿਨ ਪੰਜ-ਚਾਰ ਉਹ ਜਿਹੜੇ ਕਾਲੇ ਬਰਦਗਾਂ ਵਾਲੇ ਅੱਛਾ ਜੀ ਕਮਾਂਡੋ ਦੇਤੇ ਸੀਗੇ ਬੜੇ ਟੌਰ ਫੋਰਨ ਨਾਲ ਚੱਲਦੇ ਹੁੰਦੇ ਸੀ ਅੱਛਾ ਜੀ ਫਿਰ ਜਦੋਂ ਵਿਜੀਲੈਂਸ ਵਾਲੇ ਨੇ ਸੱਦਣਾ ਸ਼ੁਰੂ ਕਰਤਾ ਉਹ ਕਮਾਂਡੋ ਨਾਲ ਆਉਂਦੇ ਹੁੰਦੇ ਸੀ ਅੱਛਾ ਜੀ ਤੇ ਉਦੋਂ ਵੀ ਮਤਲਬ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਬਾਹਰ ਜਾਣ ਦੀ ਉਸ ਲੁੱਕ ਆਊਟ ਸਰਕੂਲਰ ਜਾਰੀ ਹੋ ਗਿਆ ਸੀ ਹਮਮ ਬਾਬਸ ਮੋੜਤਾ ਫਿਰ ਦੁਬਾਰਾ ਵਿਜੀਲੈਂਸ ਵਾਲ ਨੇ ਬੁਲਾਇਆ ਤੇ ਉਦੋਂ ਕਹਿੰਦੇ ਜੀ ਗੋਡੇ ਜਿਹੜੇ ਹੈਗੇ ਦੁਖਣ ਲੱਗੇ ਸੀ ਅੱਛਾ ਜੀ ਤੇ ਗੋਡਿਆਂ ਦਾ ਕਹਿੰਦੇ ਜੀ ਆਪਰੇਸ਼ਨ ਕਰਾਉਣਾ ਤੇ ਉਦੋਂ ਉਹ ਦਾਨ ਜਿਹੜਾ ਸਭ ਫਿਰ ਇਹ ਵੀ ਚੱਲ ਪਈ ਸੀਗੀ ਗੱਲ ਵੀ ਆ ਜਿਹੜੇ ਨਾ ਵੀਕ ਬੀ ਡੀ ਲੰਸਾਲੇ ਨਾ ਗ੍ਰੀਸ ਤਿਆਰ ਕਰੀ ਬੈਠਿਆ ਤੇ ਇੱਕ ਮੰਤਰੀ ਨੇ ਉਹ ਕਹਿੰਦੇ ਨਵਾਂ ਇੰਜੈਕਸ਼ਨ ਲੈਂਦਾ ਇੱਕ ਮੰਤਰੀ ਦੇ ਗੋਡਿਆਂ ਨੂੰ ਗ੍ਰੀਸ ਕਰਨੀ ਹੈ ਅੱਛਾ ਜੀ ਉਹ ਤੋਂ ਬਾਅਦ ਫਿਰ ਮੈਨੂੰ ਵੀ ਕਿਸੇ ਨੇ ਕਿਹਾ ਵੀ ਕਹਿੰਦੇ ਯਾਰ ਇਹ ਤਾਂ ਬੀ ਜੀ ਪੀ ਵਾਲਿਆਂ ਨਾਲ ਮਿਲ ਕੇ ਇਥੇ ਸਾਰਾ ਕੁਝ ਪਲਾਨ ਕਰ ਗਏ ਤੇ ਗੱਲ ਬਣਦੀ ਨਹੀਂ ਹੂੰ ਹੂੰ ਚਲੋ ਮੈਂ ਕਿਹਾ ਵੀ ਐਡੀ ਤਾਂ ਨਹੀਂ ਗੱਲ ਬੀ ਜੀ ਪੀ ਵਾਲਿਆਂ ਤਾਂ ਸੁੰਦਰ ਸ਼ਾਮਸ ਅਰੋੜਾ ਵਗੈਰਾ ਤਾਂ ਉਹ ਤਾਂ ਜ گئے ਨਹੀਂ ਸੀ ਕਿ ਜਾਨ ਦੀ ਤਿਆਰੀ ਕਰਦੇ ਸੀ ਉਹ ਵੀ ਤੇ ਕਈ ਫੜੇ ਗਏ ਕੋਈ ਐਸੀ ਗੱਲ ਨਹੀਂ ਹੈ ਹੂੰ ਹੂੰ ਤਾਂ ਉਦੋਂ ਬਾਅਦ ਫਿਰ ਜੀ ਇਹ ਇੱਕਦਮ ਵੇਖਿਆ ਵੀ ਇਧਰ ਤਾਂ ਗੱਲ ਬਣਦੀ ਨਹੀਂ ਇਲਾਕੇ ਦੇ ਲੋਕ ਵੀ ਛੱਡ ਕੇ ਚਲੇ ਗਏ ਤੇ ਮੁੜ ਕੇ ਘਰ ਵਾਪਸੀ ਕਰ ਲਈ। ਅੱਛਾ ਜੀ। ਘਰ ਵਾਪਸੀ ਤੋਂ ਬਾਅਦ ਕਰ ਲ ਉਦੋਂ ਹੀ ਪਤਾ ਲੱਗਿਆ ਜੀ ਜਦੋਂ ਕਹਿੰਦੇ ਇੱਕ ਚੰਡੀਗੜ੍ਹੋਂ ਟੀਮ ਆ ਗਈ, ਇੱਕ ਬਠਿੰਡੋਂ ਟੀਮਾਂ ਚਲੀਆਂ ਗਈਆਂ ਕੰਗਾ ਤੇ ਲਾਗੇ ਕਹਿੰਦੇ ਜੀ ਕਾਰਪੋਰਮੈਂਨ ਫਿੱਤੇ ਫਿੱਤੇ ਕਹਿੰਦੇ ਲੁਧਿਆਣੇ ਲਈ ਆਉਦੇ ਸੀ ਨਵੇਂ। ਫਿੱਤੇ ਨਵੇਂ ਜਦੋਂ ਉਹਨੇ ਲੈ ਕੇ ਕਾਰਵਾਈ ਕਰਤੀ ਜੀ ਤੇ ਕਹਿੰਦੇ ਘਰੇ ਜਿਹੜੇ ਹੈਗੇ ਫਿਰ ਉਹਨਾਂ ਦੇ ਪਰਜੰਦ ਵੀ ਸੀਗੇ। ਤੇ ਨਾਲ ਇੱਕ ਉਹਨਾਂ ਦਾ ਮਿੱਤਰ ਪਿਆਰਾ ਵੀ ਸੀ ਉਹ ਵੀ ਉੱਡ ਗਏ। अच्छा ਭੱਜ ਉਹ ਭੱਜ ਗਏ ਭੱਜ ਗਏ ਜੀ ਭੱਜ ਗਏ ਛੱਡ ਕੇ ਲਾ ਕੇ ਸਾਰਾ ਕੁਝ ਕਿ ਕੋਆਪਰੇਟ ਨਹੀਂ ਕੀਤਾ ਦੋ ਕ ਕਮਰੇ ਰਹਿ ਗਏ ਹੈ ਕਹਿੰਦੇ ਉਹਨਾਂ ਚ ਸ਼ਾਇਦ ਕੋਈ ਜਿੰਦੇ ਜਿੰਦੇ ਲਾਗੇ ਸੀ ਉਹ ਫਿਰ ਵਹਿ ਗਈ ਪੁਲਿਸ ਉੱਥੇ ਨਹੀਂ ਉਹ ਜਾ ਜਾਣਗੇ ਕੋਈ ਗੱਲ ਨਹੀਂ ਉੱਥੇ ਕਰ ਫਿਰ ਆਪਦਾ ਸਾਰਾ ਕੁਝ ਕਰਕੇ ਮਿੰਤੀਆਂ ਜਿੰਦਗੀਆਂ ਲੈ ਕੇ ਚਲੇ ਗਏ ਵੱਡੀ ਗੱਲ ਹੂੰ ਵੱਡੀ ਗੱਲ ਤਾਂ ਇਹ ਹੈ ਕਿ ਸਬਦ ਸੀ ਕਿ ਜਿੱਥੇ ਉਹ ਮਹਿਲ ਬਣਾਇਆ ਗਿਆ ਹੂੰ ਇੱਕ ਤਾਂ ਹੁੰਦਾ ਆਪਾਂ ਬਾਹਰ ਬਣਾ ਲੀਏ ਕਿਤੇ ਖੇਤ ਖੂਦ ਦੇ ਵਿੱਚ ਮਹਿਲ ਬਣਾਇਆ ਪੁਰਾਣੇ ਘਰ ਦੇ ਨਾਲ ਹੀ ਅੱਛਾ ਜੀ ਉਹਦੇ ਕਹਿੰਦੇ ਹਾਲੇਦੋਲੇ ਲੋਕਾਂ ਦੇ ਘਰ ਜਿਹੜੇ ਸੀ ਨਾ ਹਾਂ ਉਹ ਲੈ ਲੇ ਹੂੰ ਤੇ ਗਰੀਬ ਬੰਦੇ ਦਾ ਘਰ ਜਿਵੇਂ ਲਿਆ ਜਾਂਦਾ ਫਿਰ ਤੁਸੀਂ ਜਾਨੀ ਕਿਵੇਂ 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 ਲਿਆ ਜਾਂਦਾ ਉਹ ਲੈ ਲਈ ਸੀ ਇਸ ਕਰਕੇ ਉਹ ਹੁਣ ਦੇਖਦੇ ਆ ਕਿਉਂਕਿ ਗਰੀਬ ਬੰਦੇ ਦਾ ਹੋਰ ਕੁਝ ਨਹੀਂ ਹੁੰਦਾ ਉਹਦੀ ਉਹਦੀ ਆਹ ਹੁੰਦੀ ਹੈ ਬਸ ਉਹ ਮੇਰੇ ਖਿਆਲ ਆਏ ਨਜਰੀ ਉਹ ਹੁਣ ਸਿੱਧੀ ਨਿਗਾਹ ਉੱਥੇ ਪਹੁੰਚ ਗਈ ਹੂੰ ਆਮ ਤੌਰ ਤੇ ਅੱਜ ਆਪਾਂ ਦੇਖਿਆ ਬਣਾ ਤੁਸੀਂ ਅੱਜ ਤੁਹਾਡੇ ਮਾਡਲ ਟਾਊਨ ਦੇ ਵਿੱਚ ਆਏ ਕਾਂਗੜ ਹਾਊਸ ਹੈਗਾ ਹੈਗਾ ਠੀਕ ਹੈ ਨਾ ਉਹ ਉਹ ਵੀ ਪੁਰਾਣੇ ਅਫਸਰ ਦਾ ਹੈ ਉਹਨਾਂ ਨਾਲ ਉਹ ਪੁਰਾਣੇ ਪੁਰਾਣੇ ਅਫਸਰ ਦਾ ਨਾ ਵੇਖ ਕੇ ਕਿਹ ਲੱਗਾ ਕਹਿੰਦਾ ਉਹੀ ਹੈ ਉਹੀ ਹੈ ਹਾਂ ਉਹੀ ਹੈ ਉਹ ਕਹਿੰਦੇ ਜਿਹੜਾ ਉਹ ਦਰਵਾਜ਼ਾ ਨੇ ਉਹ ਕਾਂਗੜਾ ਦਰਵਾਜ਼ਾ ਵਾਹਦਾ ਹੁਣ ਹਾਂ ਹਾਂ ਅੱਛਾ ਉਹ ਕਾਂਗੜਾ ਕਾਂਗੜਾ ਦਰਵਾਜ਼ੇ 'ਚ ਪਹੁੰਚ ਗਏ ਐ ਜੀ ਵੀਡੀਓ ਲੈਂਸ ਵਾਲੇ ਉਹਦਾ ਵਿਚਾਰਾ ਕਰਨ ਵਾਲਾ ਰਿਟਾਇਰਡ ਉਹ ਲਾਲ ਕੋਠੀ ਜੀ ਹੁਣ ਤਾਂ ਉਹ ਲਾਲ ਕੋਠੀ ਕਹਿਣ ਲੱਗ ਪਏ ਉੱਥੇ ਹਾਂਜੀ ਤੇ ਪਹਿਲਾਂ ਉਹਨੂੰ ਮਹਿਲ ਹੀ ਕਹਿੰਦਾ ਕਾਂਗੜਾ ਉਸ ਕੰਦੇ ਸੀ ਉਹ ਮੁੜ ਕੇ ਕਹਿੰਦਾ ਭਰਾਵਾ ਮੇਰੇ ਨਾਲ ਕੋਈ ਵਰ ਜੇ ਇੱਥੇ ਤੇ ਹੁਣ ਉਹਨੇ ਉੱਤੇ ਲਿਖਤਾ ਕਾਂਗੜਾ ਹੁਸਲਾਤਾ ਉਹਨੇ ਲਾਲ ਕੋਟੀ ਕਰਤੀ ਅੱਛਾ ਉਹ ਫਿਰ 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 ਤੁਹਾਨੂੰ ਮੈਂ ਦੱਸਾਂ ਗੱਲ ਸਾਡਾ ਵੀ ਇੱਕ ਮਿੱਤਰ ਸੀ ਅੱਜ ਕੱਲ ਉਹ ਪਟਿਆਲੇ ਰਹਿੰਦੇ ਡਿਫੈਂਸ ਕਰਲੌਨੀ ਚ ਹਾਂ ਹਾਂ ਇੱਥੇ ਤੁਹਾਡੇ ਰਿਸ਼ਤੇਦਾਰੀ ਹੈ ਤੁਹਾਡੇ ਵੀ ਸੱਚੇ ਸਰਦਾਰ ਕਹਿੰਦੇ ਡਣਕੇ ਸੀ ਹੂੰ ਹੂੰ ਮੁੰਡਾ ਬਿੱਟੂ ਬਿੱਟੂ ਹੁੰਦਾ ਅੱਛਾ ਜੀ ਉਹ ਸਿੰਘਰੂਰ ਸੀ ਉਹਨਾਂ ਦੀ ਲਾਲ ਕੋਟੀ ਹੂੰ ਹੂੰ ਪੁਰਾਣੇ ਉਹ ਲਾਲ ਕੂਠੀ ਚਲੇ ਜਾਂਦੇ ਸੀ ਉਹ ਬਿੱਟੂ ਬਿੱਟੂ ਸੀ ਇੱਥੇ ਆ ਸਰਦਾਰਗੜ੍ਹ ਵਾਲੇ ਨਹੀਂ ਹੈਗੇ ਕੋਟੇਂਦਰ ਸਿੰਘ ਵਾਲੇ ਵਾਲੇ ਕੋਟੇਂਦਰ ਸਿੰਘ ਵਾਲੇ ਹਾਂਜੀ ਥਰਮਲ ਦੇ ਨਾਲ ਹੀ ਬਿਲਕੁਲ ਇੱਥੇ ਉਹਦੇ ਨਾਨਕੇ ਸੀ ਨਾਨਕੇ ਹਾਂਜੀ ਉਹ ਨਾਨਕੇ ਸੀ ਤੇ ਉਹ ਇੱਥੇ ਰਹਿੰਦਾ ਹੁੰਦਾ ਸੀਗਾ ਬਚਪਨ ਦੇ ਵਿੱਚ ਇੱਥੇ ਪੜ੍ਹਦਾ ਹੁੰਦਾ ਸੀਗਾ ਜਦੋਂ ਜਿੰਨਾ ਦਿਨਾਂ ਚ ਮੈਂ ਸਟੂਡੈਂਟ ਮੂਵਮੈਂਟ ਦੇ ਵਿੱਚ ਹੁੰਦਾ ਸੀ ਸਾਡੇ ਨਾਲ ਉਹਦੀ ਚੰਗੀ ਸੱਜਣਤਾ ਹੀ ਹੁੰਦੀ ਸੀ ਹੂੰ ਹੂੰ ਉਸ ਤੋਂ ਬਾਅਦ ਫਿਰ ਉਹ ਇੱਥੋਂ ਛੱਡ ਕੇ ਚਲਾ ਗਿਆ ਤੇ ਉਹ ਕਈ ਵਾਰੀ ਅਸੀਂ ਜਾਂਦੇ ਹੁੰਦੇ ਕਹਿੰਦੇ ਸੰਗਰੂਰਾ ਉਹ ਲਾਲ ਕੂਠੀ ਆ ਬਿੱਟੂ ਕੀ ਹੂੰ ਹੂੰ ਤੇ ਬਿੱਟੂ ਕੀ ਲਾਲ ਕੋਠੀ ਵੀ ਲਾਲ ਕੋਠੀ ਕਿਵੇਂ ਹੋ ਗਈ ਕੋਠੀ ਦਾ ਰੰਗ ਉਹ ਪ੍ਰਾਣਾ ਜੀ ਬੇਸੀ ਰਾਜਾ ਮਿਲਦਾ ਉਹ ਲਾਲ ਜਾਂ ਸੀ ਉਹ ਗੇਰੂਆ ਮਾਰ ਦਿੰਦੇ ਨਾ ਸਸਤਾ ਹੁੰਦਾ ਹਾਂ ਹਾਂ ਤੇ ਉਹ ਮੈਨੂੰ ਕੀ ਹੋਇਆ ਵੀ ਜਦੋਂ ਸੁਖਪਾਲ ਸਿੰਘ ਖਹਿਰਾ ਆਪਣੇ ਖੜੇ ਹੋਏ ਹੂੰ ਹੂੰ ਤੇ ਬਿੱਟੂ ਵੀ ਇੱਥੇ ਆ ਗਿਆ ਅੱਛਾ ਜੀ ਬਿੱਟੂ ਆ ਗਿਆ ਬਿੱਟੂ ਲਵਦਾ ਲਵਾਉਂਦਾ ਕਿਸੇ ਸੱਜਣ ਵਿੱਚ ਤਰ ਨੂੰ ਪੁੱਛ ਕੇ ਮੇਰੇ ਕੋਲ ਆ ਗਿਆ ਮੈਨੂੰ ਕਹਿੰਦਾ ਵੀ ਮਦਦ ਕਰੋ ਖਹਿਰਾ ਸਾਹਿਬ ਦੀ ਮੈਂ ਕਿਹਾ ਵੀ ਤੂੰ ਖਹਿਰਾ ਸਾਹਿਬ ਨਾਲ ਕਿਵੇਂ ਹੋ ਗਿਆ ਵੀ ਹਾਂ ਹਾਂ ਉਹ ਕਹਿੰਦਾ ਵੀ ਮੇਰੀ ਬੇਟੀ ਦੀ ਅੰਗੇਜਮੈਂਟ ਹੋ ਗਈ ਖਹਿਰਾ ਸਾਹਿਬ ਦੇ ਨਾਲ ਬੇਟੇ ਨਾਲ ਅੱਛਾ ਤੇ ਉਹ ਸ਼ਾਦੀ ਅਗਲੇ ਦਿਨਾਂ ਚ ਹੋਣੀ ਐ ਤੇ ਭਾਈ ਮਦਦ ਕਰਨੀ ਪੈਣੀ ਐ ਫਿਰ ਮੈਂ ਸਾਡਾ ਪੁਰਾਣਾ ਬੇਲੀ ਸੀ ਮੈਂ ਕਿਹਾ ਕੋਈ ਭਾਈ ਹੁਣ ਮੈਂ ਪੱਤਰਕਾਰ ਆ ਸੀ ਉਵੇਂ ਤਾਂ ਨਹੀਂ ਮੈਂ ਦੁਨੀ ਕਰ ਸਕਦੇ ਹਾਂ ਹਾਂ ਤੇ ਸਾਡੀਆਂ ਹਮਦਰਦੀਆਂ ਤੁਹਾਡੇ ਨਾਲ ਐ ਹੂੰ ਹੂੰ ਉਹ ਉਹ ਲਾਲ ਕੋਠੀ ਜਿਹੜੀ ਹੈਗੀ ਸੀ ਫਿਰ ਤੇ ਲਾਲ ਕੋਠੀ ਉਹਦੇ ਪਹਿਲਾਂ ਉਹ ਲਾਲ ਕੋਠੀ ਬੈਜੀ ਸੀ ਵੀਰੇ ਹੁਣ ਲਾਲ ਕੋਠੀ ਕਰਤੀਆਂ ਨੇ ਠੀਕ ਐ ਤੇ ਉਧਰ ਭਗਵੰਤ ਮਾਨ ਨੇ ਵੀ ਐਲਾਨ ਕਰਤਾ ਜੀ ਕਹਿੰਦੇ ਜਿਹੜੇ ਸਰਕਾਰ ਨੇ ਕਹਿੰਦੇ ਰੇਲ ਗੱਡੀਆਂ ਨਹੀਂ ਨਾ ਦਿੱਤੀਆਂ ਸਾਨੂੰ ਹੁਣ ਤੀਰਥ ਯਾਤਰਾ ਜਹਾਜ਼ਾਂ ਦੇ ਕਰਾਵਾਂਗੇ ਅ ਵੀਰੇ ਖੈਲ ਮੁਤਾਬ ਕਦੋਂ ਤੱਕ ਇਹ ਦਾਜਾ ਲਓ ਨਹੀਂ ਬਤਾ ਨਹੀਂ ਕਦੋਂ ਤੱਕ ਕਦੋਂ ਦੇਖੋ ਗੱਲ ਇਹ ਹੈ ਕਿ ਜੇ ਹੁਣ ਜਾਜਾਂ ਤੇ ਜਾਊਗਾ ਵੀ ਕੌਣ ਇਹ ਵੀ ਕੋਈ ਪਤਾ ਨਹੀਂ ਵੈਸੇ ਮੈਨੂੰ ਤਾਂ ਮੈਨੂੰ ਤਾਂ ਇਹ ਪਤਾ ਨਹੀਂ ਜੀ ਇਹ ਕੌਣ ਇਹਨੂੰ ਪਹਿਲਾਂ ਬਾਦਲ ਸਰਕਾਰ ਕੋਲੇ ਮੈਂ ਪਤਾ ਕੀਤਾ ਵੀ ਕੌਣ ਜਾਂਦਾ ਤੀਰਥ ਯਾਤਰਾ ਤੇ ਕਿਹੜੇ ਬੰਦੇ ਜਾਂਦੇ ਆ ਕਿਹਨੂੰ ਐਪਲੀਕੇਸ਼ਨ ਦੇਣੀ ਆ ਕਿਉਂਕਿ ਸਾਡੇ ਪਿੰਡ ਬਜ਼ੁਰਗ ਸੀਗੇ ਕਈ ਮੈਂ ਕਿਹਾ ਭੇਜਦੀ ਆ ਉਹਨਾਂ ਨੂੰ ਉਹਨਾਂ ਦਾ ਪਤਾ ਹੀ ਨਹੀਂ ਲੱਗਾ ਕਿ ਮੈਂ ਤਾਂ ਆਪ ਮੱਥਾ ਜਾ ਮਾਰ ਕੇ हट ਗਿਆ ਵੀ ਕੌਣ ਜਾਂਦਾ ਇਹਨਾਂ ਨੂੰ ਨੇ ਉਹ ਦੋ ਵੀ ਦਾਨੀਆਂ ਸਾਭੂ ਉਹ ਐ ਨਹੀਂ ਹੁੰਦਾ ਸੀਗਾ ਵੀ ਕੋਈ ਲੋਕ ਉਹ ਤਾਂ ਜਿਹੜੇ ਹਲਕਾ ਇੰਚਾਰਜ ਤੇ ਹਲਕੇ ਦੇ ਐਮਐਲਏ ਹਾਂਜੀ ਉਹਨਾਂ ਨੇ ਚੋਣ ਕਰਦੀ ਹੁੰਦੀ ਸੀ ਅੱਛਾ ਸਰਕਾਰੀ ਪੈਸਾ ਸਰਕਾਰੀ ਤੋਂ ਹੁੰਦਾ ਸੀ ਪੈਸਾ ਸਰਕਾਰੀ ਸਭ ਕੁਝ ਸਰਕਾਰੀ ਜਿਹੜੇ ਹੈਗੇ ਆ ਉਹਨਾਂ ਨੂੰ ਖਾਣ ਪੀਣ ਸਰਕਾਰੀ ਜਿਹੜੀ ਉਹਨਾਂ ਦੀ ਟਹਿਲ ਸਹਿਬਾ ਕਰਨ ਵਾਲੇ ਸਰਕਾਰੀ ਕਰਮਚਾਰੀ ਸਾਰੇ ਮਾਮਲੇ ਹੂੰ ਹੂੰ ਲੇਕਿਨ ਕਿਸੇ ਦੀ ਕੋਈ ਐਪਲੀਕੇਸ਼ਨ ਹੀ ਲੈ ਨਹੀਂ ਵੀ ਅੱਜ ਫਲਾਣੇ ਹਲਕੇਲੇ ਜਾ ਰਹੇ ਆ ਹੂੰ ਹੂੰ ਜਿਹੜਾ ਹਲਕਾ ਇੰਚਾਰਜ ਆ ਉਹ ਹਲਕਾ ਇੰਚਾਰਜ ਭੇਜਿੰਦਾ ਸੀ ਆਪਦੇ ਅੱਛਾ ਜੀ ਉਹਵੇਂ ਜਿਵੇਂ ਜਾਂਦੇ ਰਹੇ ਪਰ ਉਹਦਾ ਅਸਰ ਕੀ ਹੋਇਆ ਹੂੰ ਹੂੰ ਅਸਰ ਹੋਈ ਹੋਇਆ ਕਿ 2017 ਦੀ ਇਲੈਕਸ਼ਨ ਦੇ ਵਿੱਚ ਆਪਾਂ ਮਤਲਬ 15 ਤੋਂ ਘਟ ਕੇ ਤਿੰਨਾਂ ਤੇ ਆ ਗਈ ਸੀ ਤਿੰਨਾਂ ਤੇ ਆ ਗਈ ਪਹਿਲਾਂ 15 ਤੇ ਰਹੇ ਸੀ ਫਿਰ 15 ਤੋਂ ਘਟ ਕੇ ਤਿੰਨਾਂ ਤੇ ਆ ਗਈ ਹੂੰ ਹੂੰ ਤੇ ਹੁਣ ਜੇ ਆਪਾਂ ਦੇਖੀਏ ਜਿਹੜੀ ਜਿਹੜੀ ਜਹਾਜ਼ਾਂ ਵਾਲੀ ਗੱਲ ਕਰਦੇ ਆਪਾਂ ਵੀ ਜਹਾਜ਼ਾਂ ਨਾਲ ਕਦੇ ਮਤਲਬ ਜਿਹੜੀ ਇਸ ਕਿਸਮ ਦੀ ਗੱਲ ਜਿਹੜੀ ਹੈਗੀ ਜਦੋਂ ਕੋਈ ਵੀ ਆਪਾਂ ਧਰਮ ਵਾਲਾ ਮਾਮਲਾ ਕਰੀਏ ਧਾਰਮਿਕ ਬੈਸ ਜਿਹੜੀ ਹੈ ਸਭ ਬੰਦੇ ਵਾਸਤੇ ਇੱਕ ਇੱਕ ਪ੍ਰਾਈਵੇਟ ਮਾਮਲਾ ਉਹਦਾ ਪਰ ਉਹਦੇ ਵਿੱਚ ਮਤਲਬ ਇਸ ਤਰ੍ਹਾਂ ਤੁਸੀਂ ਸਰਕਾਰੀ ਖਜ਼ਾਨੇ ਦੀ ਕੀਮਤ ਦੇ ਉੱਤੇ ਹੂੰ ਹੂੰ ਜੇ ਤੁਸੀਂ ਮਤਲਬ ਹੈ ਜਿਹੜਾ ਪਬਲਿਕ ਮਨੀ ਹੈ ਪਬਲਿਕ ਮਨੀ ਨੂੰ ਤੁਸੀਂ ਕਿਸ ਇਸ ਤਰ੍ਹਾਂ ਲਾਉਂਗੇ ਜੀ ਇਹਦਾ ਮਤਲਬ ਹੈ ਇੱਕ ਕਿਸਮ ਦੀ ਤੁਸੀਂ ਬੰਦੇ ਨੂੰ ਰਿਸ਼ਵਤ ਦੇਨੀ ਹੋ ਹੂੰ ਹੂੰ ਜੇ ਆਪਾਂ ਗੱਲ ਕਹੀਏ ਕਿ ਉਹਨੂੰ ਭਾਈ ਉਹਨੂੰ ਜੋਗ ਬਣਾ ਦਿਓ ਇਸ ਕਰਦੇ ਤੇ ਪਰਿਵਾਰ ਦੇ ਮੈਂਬਰ ਲੈ ਜਾਣ ਵੈਸੇ ਮੇਰਾ ਖਿਆਲ ਹੈ ਵੀ ਜਿਹੜਾ ਬੰਦਾ ਮਾੜੀ ਮੁੱਟੀ ਰੋਟੀ ਖਾਂਦਾ ਹੈ ਹੂੰ ਹੂੰ ਉਹ ਜੇ ਉਹਨਾਂ ਦੇ ਕੋਈ ਬਜ਼ੁਰਗ ਚਾਹੁੰਦਾ ਕਿ ਮੈਂ ਜਾਣਾ ਜੀ ਆ ਤੀਰਥ ਯਾਤਰਾ ਤੇ ਲੈ ਕੇ ਜਾਂਦੀ ਜੀ ਤੇ ਜੇ ਹੁਣ ਕੋਈ ਮਤਲਬ ਜਮ ਜਿਨ੍ਹਾਂ ਨੇ ਜਿਨ੍ਹਾਂ ਨੂੰ ਲੈ ਕੇ ਜਾਣਾ ਹੁਣ ਉਹ ਹੀ ਹੋਣਗੇ ਪਹਿਲਾਂ ਕਾਲੀਆਂ ਵਾਲੇ ਪਾਸੋਂ ਜਾਂਦੇ ਹੁੰਦੇ ਸੀ ਹੂੰ ਹੂੰ ਤੇ ਹੁਣ ਇਹ ਨਾਲੇ ਪਾਸੋਂ ਜਾਣਗੇ ਪਰ ਜਹਾਜ਼ਾਂ ਵਾਲੀ ਗੱਲ ਮੈਂ ਤੁਹਾਡੀ ਅਗਲੀ ਕਹਿੰਦਾ ਜਹਾਜ਼ ਹਮੇਸ਼ਾ ਨਹੀਂ ਚੱਲਣਗੇ ਕਿਉਂਕਿ ਅੱਗੇ ਆਉਣੇ ਤੁਹਾਡਾ ਆ ਗਈਆਂ ਚੋਣਾਂ ਤਾਂ ਆ ਗਈਆਂ ਜਨਵਰੀ ਫਰਵਰੀ ਦੇ ਵਿੱਚ ਤਾਂ ਮੇਰੇ ਖਿਆਲ ਵੀ ਲੱਗ ਜਾਣਾ ਕੋਡ ਕੋਡ ਲੱਗੇ ਜਨਵਰੀ ਗਈ ਸਭ ਤੋਂ ਫਰਵਰੀ ਮਾਰਚ ਵਿੱਚ ਲੱਗਿਆ ਹੀ ਜਾ ਹਾਂ ਤੇ ਜਦੋਂ ਕੋਡ ਲੱਗ ਗਿਆ ਤੇ ਕੋਡ ਲੱਗਣ ਤੋਂ ਬਾਅਦ ਫਿਰ ਕਿਹਦੀ ਵਿਹਾਰਤ ਦੁਰਵਰਤ ਹੋ ਜਾਣੀ ਹੂੰ ਹੂੰ ਉਹ ਤਾਂ ਇੱਕ ਕੋਡ ਆਫ ਕੰਡਕਟ ਦੀ ਉਲੰਘਣਾ ਹੋ ਜਾਣੀ ਜੀ ਉਹ ਇਹ ਮੇਰਾ ਖਿਆਲ ਵੀ ਆਮ ਤੌਰ ਤੇ 6:00 ਵਜੇ ਜਾਂਦਾ ਹੁੰਦੀ ਉਧਰ ਟਿੱਲੋਂ ਦਾ ਇੱਕ ਹੋਰ ਅਪਡੇਟ ਆ ਗਈ ਭਗਵੰਤ ਮਾਨ ਹੋਰਾਂ ਨੇ ਤੁਹਾਨੂੰ ਪਤਾ ਵੀ ਉਹ ਕਿਹਾ ਸੀ ਬਾਲਾਸਰ ਵਾਲੀ ਨਹਿਰ ਦਾ ਰੌਲਾ ਪਾਇਆ ਸੀ ਪ੍ਰੈਸ ਕਾਨਫਰੰਸ ਸਾਰਾ ਤੇ ਅੱਜ ਕੀ ਕਹਿੰਦੇ ਸੁਖਬੀਰ ਸਿੰਘ ਬਾਦਲ ਨੇ ਜੀ ਨੋਟਿਸ ਭੇਜਤਾ ਹੈ ਭਗਵਾਨ ਸੇਗਮਾਨ ਨੂੰ ਵੀ ਜਾਂ ਤਾਂ 10 ਦਿਨਾਂ ਦੇ ਵਿੱਚ 70 ਦਿਨਾਂ ਦੇ ਵਿੱਚ ਜਨਤਕ ਤੌਰ ਤੇ ਮਾਫੀ ਮੰਗੋ ਅਨ ਕੰਡੀਸ਼ਨਲ ਨਹੀਂ ਤਾਂ ਫਿਰ ਤੁਹਾਡੇ ਤੇ ਜਿਹੜਾ ਕ੍ਰਿਮੀਨਲ ਇਸ ਤਰ੍ਹਾਂ ਕੀਤਾ ਗਿਆ ਹੋਇਆ ਨਹੀਂ ਨੋਟਿਸ ਤਾਂ ਪਹਿਲਾਂ ਹੀ ਭੇਜਤਾ ਸੀ ਅੱਜ ਫਿਰ ਜਾਂ ਧਾਇਰ ਕਰਤਾ ਹੋਣਾ ਧਾਇਰ ਨਾ ਕਰਤਾ ਹੋ। ਧਾਇਰ ਕੀਤਾ ਹੈ। ਭਗਵਾਨਤ ਮਾਨ ਅੱਗੋਂ ਕਹਿੰਦਾ ਕਹਿੰਦਾ ਕੋਈ ਨਹੀਂ ਕਹਿੰਦਾ ਤੁਸੀਂ ਚਾਹੋ ਮੈਂ ਅਦਾਲਤ ਤਾਂ ਕਹਿੰਦਾ ਹਰ ਹਫਤੇ ਕਹਿੰਦਾ ਪੀਛੇ ਆ ਭੁਗਤ ਲੂੰਗਾ ਤੇ ਹਰ ਹਫਤੇ ਕਹਿੰਦਾ ਤੁਹਾਡੀਆਂ ਨਜਾਇਜ਼ ਜਿਹੜੀਆਂ ਜਾਇਦਾਦਾਂ ਉਹਨਾਂ ਜਨਤਕ ਕਰੀ ਜਾਊਗਾ ਮੈਂ ਕਿਹਾ ਬਹੁਤ ਧੰਨਵਾਦ ਬਹੁਤ ਧੰਨਵਾਦ ਜੇ ਸਾਡੇ ਮੁੱਖ ਮੰਤਰੀ ਇਹੋ ਜਿਹਾ ਕੁਝ ਕਰਨ ਲੱਗ ਜਾਣ ਜੀ ਲੋਕਾਂ ਨੂੰ ਇਹ ਤਾਂ ਪਤਾ ਲੱਗ ਜੇ ਨਾ ਕਿ ਸਾਡੇ ਵਿੱਚੋਂ ਸਾਡੇ ਵਰਗੇ ਸਾਡੇ ਲਈ ਜਿਹਨਾਂ ਨੂੰ ਅਸੀਂ ਵੋਟਾਂ ਬਣਾ ਕੇ ਉਹਨਾਂ ਕੋਲ ਹੈਗੀ ਹੈਗੀ ਜੇ ਮੁੱਖ ਮੰਤਰੀ ਸਾਹਿਬ ਕਰਨ ਤਾਂ ਮੇਰੇ ਖਿਆਲ ਹੈ ਸਾਡੇ ਅਰੇ ਏਡੀ ਕਿੱਡੀ ਗੱਲ ਹੋ ਜੂ ਨਹੀਂ ਨਹੀਂ ਬੈਸੇ ਤਾਂ ਦਾਨੇੜੀਆ ਸਾਹਿਬ ਇਹਦੀ ਲੋੜ ਨਹੀਂ ਸੀ ਵੀ ਪਹਿਲਾਂ ਉਹ ਦਾਵਾ ਕਰਾਉਣ ਤੇ ਫਿਰ ਉਹ ਤਰੀਕਾ ਭੁਗਤਣ ਤੇ ਬੈਸੀ ਕਰ ਦੇਣ ਹੂੰ ਜਿਉਂ ਕਾਰਨ ਦਾ ਬੜੀ ਵਧੀਆ ਗੱਲ ਸੀ ਪਰ ਫਿਰ ਵੀ ਜੇ ਮਤਲਬ ਉਹ ਕਹਿੰਦੇ ਜਵੇਂ ਬਾਣ ਲੱਗਿਆ ਤਵੇਂ ਰੋਸ ਜਾ ਗਏ ਹਾਂ ਜੇ ਉਹਨਾਂ ਨੇ ਹੁਜ ਮਾਰੀ ਹੈ ਤੇ ਉਹਦਾ ਪ੍ਰਤੀਕਰਮ ਉਹਨਾਂ ਦਾ ਹੀ ਆਇਆ ਤਾਂ ਇਹਨੂੰ ਆਪਾਂ ਪਬਲਿਕ ਹਿੱਤ ਵਾਸਤੇ ਤਾਂ ਠੀਕ ਹੀ ਸਮਝਾਂਗੇ ਜੀ ਤੇ ਆਪਾਂ ਗੱਲ ਕਰਦੇ ਸੀ ਢਿਲੋ ਸਭ ਜਨਤਕ ਪੈਸੇ ਉੱਤੇ ਧਾਰਮਿਕ ਸਿਆਸਤ ਕਰਨੀ ਹੁਣ ਇਸੇ ਤਰ੍ਹਾਂ ਜਿਹੜੀ ਧਾਰਮਿਕ ਸਿਆਸਤ ਹੋ ਰਹੀ ਹੈ ਰਾਮ ਮੰਦਰ ਦੇ ਬਿਲਕੁਲ ਬੜੀ ਚਰਚਾ ਹੋ ਰਹੀ ਹੈ ਪਹਿਲਾਂ ਜਿਹੜੇ ਆ ਚਾਰਿਆ ਸੀ ਉਹ ਕਹਿੰਦੇ ਵੀ ਅਸੀਂ ਨਹੀਂ ਜਾਂਦੇਗੇ ਸ਼ੰਕਰਾਚਾਰੀ ਪੂਰੀ ਦੇ ਸ਼ੰਕਰਾਚਾਰੀ ਹਾਂਜੀ ਹੁਣ ਕਹਿੰਦੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਫੈਸਲਾ ਲੈ ਲਿਆ ਵੀ ਅਸੀਂ ਵੀ ਨਹੀਂ ਜਾਂਦੇ ਜਾਨੀੜੇ ਸਭ ਅਸਲ ਦੇ ਵਿੱਚ ਗੱਲ ਇਹ ਹੈ ਕਿ ਇਹ ਮੰਦਿਰ ਦਾ ਰੌਲਾ ਇੱਕ ਦਿਨ ਦਾ ਨਹੀਂ ਬਹੁਤ ਪੁਰਾਣਾ ਰੌਲਾ ਸੀ ਇਹ ਬੜਾ ਚੱਲਿਆ ਹੁੰਦਾ ਸੀ ਮੰਦਿਰ ਕੌਣ ਕਿਹਨੇ ਬਣਾਉਣਾ ਹੈ ਵੈਸੇ ਜਿਹੜੀ ਹੈਗੀ 90 ਦੇ ਦਹਾਕੇ ਦੇ ਵਿੱਚ ਜਦੋਂ ਰਤ ਯਾਤਰਾ ਸ਼ੁਰੂ ਕੀਤੀ ਹੈ ਲਾਲਕ੍ਰਿਸ਼ਨ ਅੜਵਾਨੀ ਨੇ ਜੀ ਉਦੋਂ ਇੱਕ ਨਾਰਾ ਪ੍ਰਚਲਿਤ ਹੋਇਆ ਸੀ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ ਕਿ ਮੰਦਰ ਬਹੀ ਬਣਾਏਗੇ ਮੰਦਰ 1947 ਤੋਂ ਪਹਿਲਾਂ ਦੀ ਜਿਹੜੀ ਸਥਿਤੀ ਹੈ ਉਹ ਇੱਕ ਕਾਨੂੰਨ ਬਣ ਗਿਆ ਸੀ ਕਿ ਉਹੇ ਜਿਹੇ ਹਾਲਾਤ ਹੀ ਰਹਿਣਗੇ ਜੀ ਜਿਹੜੇ ਕਿਸੇ ਧਾਰਮਿਕ ਸਥਾਨ ਦੀ ਸਥਿਤੀ 1947 ਤੋਂ ਪਹਿਲਾਂ ਦੀ ਸੀ ਔਰ ਇੱਥੇ ਮਸਜਿਦ ਹੁੰਦੀ ਸੀ ਹੂੰ ਹੂੰ ਦਲੀਲ ਇਹ ਸੀ ਕਿ ਮਸਜਿਦ ਢਾ ਕੇ ਇੱਥੇ ਬਾਬਰੀ ਬਾਬਰ ਦੇ ਜਮਾਨੇ ਦੇ ਵਿੱਚ ਤੇ ਮੰਦਰ ਢਾ ਕੇ ਤੇ ਮਸਜਿਦ ਉਸਾਰੀ ਗਈ ਹੈ ਹੂੰ ਹੂੰ ਇਹਦੇ ਤੇ ਬੜਾ ਕਾਟੋਕਲੇਸ ਚੱਲਦਾ ਸੀ ਬਹੁਤ ਬੜੀ ਇਹਦੇ ਤੇ ਮਤਲਬ ਡਿਬੇਟ ਚੱਲਦੀ ਰਹੀ ਕਦੇ ਆਪਣਾ ਹਿੰਦੂ ਮਹਾਸਭਾ ਹੁੰਦੀ ਸੀ ਜੀ ਜੀ ਆਰਐਸਐਸ ਉਨੀ ਚੋ 1925 ਚ ਬਣੀ ਉਹ ਤੋਂ ਪਹਿਲਾਂ ਬੱਸੇ ਜਿਹੜੇ ਹੈਗੇ ਕੁਝ ਸਾਧੂ ਸੀ ਉਹਨਾਂ ਦੇ ਰੋਲੇ ਕੋਲੇ ਚੱਲਦੇ ਹੁੰਦੇ ਸੀ ਜੀ ਅਲਟੀਮੇਟਲੀ ਫਿਰ ਜਦੋਂ 6 ਦਸੰਬਰ ਆਇਆ 6 ਦਸੰਬਰ ਨੂੰ ਬਾਬਰੀ ਮਸਜਿਦ ਢਾਤੀ ਸੀ ਪਰ ਮੈਂ ਇਹ ਥਿਕ ਜਿਕਰ ਕਰਨਾ ਚਾਹੂਗਾ ਹੂੰ ਹੂੰ ਕਿ ਅਸਲ ਦੇ ਵਿੱਚ ਜਿਹੜੀ ਹੈਗੀ ਹੈ ਇਹ ਮੰਦਰ ਵਾਲਾ ਜਿਹੜਾ ਜਿੱਥੇ ਮੰਦਰ ਕਹਿੰਦੇ ਸੀ ਹੂੰ ਹੂੰ ਉਹਦੇ ਜਿਹੜੇ ਦਰਵਾਜ਼ੇ ਸੀ ਉਹਦੇ ਦਰਵਾਜ਼ੇ ਤਾਂ 1986 ਕੇ 1999 ਦੇ ਵਿਚਕਾਰ ਜੀ ਕਹਿੰਦੇ ਨਹੀਂ ਖੁੱਲਦੇ ਸੀ ਜੀ ਔਰ ਪੂਜਾ ਅਰਚਨਾ ਵੀ ਉਦੋਂ ਸ਼ੁਰੂ ਕਰਵਾਤੀ ਕਰਵਾਤੀ ਸੀ ਠੀਕ ਹੈ ਉਸ ਵੇਲੇ ਮਤਲ ਜਿਹੜੀ ਹੈਗੀ ਉਹਨਾਂ ਨੂੰ ਇਹ ਸੀ ਕਿ ਅਸੀਂ ਹਿੰਦੂ ਭਾਈਚਾਰੇ ਨੂੰ ਬਿਨੋਵਰ ਕਰ ਲਾਂਗੇ ਬਿਨੋਵਰ ਕਰ ਲਾਂਗੇ ਲੇਕਿਨ ਜਦੋਂ ਉਹਦਾ ਉਲਟ ਪ੍ਰਤੀਕਰਮ ਹੋਇਆ ਹੂੰ ਹੂੰ ਤੇ ਉਸੇ ਸਮੇਂ ਦੌਰਾਨ ਜਿਹੜੀ ਹੈਗੀ ਸ਼ਾਹਬਾ ਨੂੰ ਕੇਸ ਦਾ ਫੈਸਲਾ ਹੋ ਗਿਆ ਸੀ ਸੁਪਰੀਮ ਕੋਰਟ ਚੋਂ ਜੀ ਕਿ ਇੱਕ ਮੁਸਲਮਾ ਔਰਤ ਨੂੰ ਜਿਹੜਾ ਹੈਗਾ ਤੁਸੀਂ ਦੇਵਦਨਾਲੂ ਸੈਪਰੇਟ ਹੁੰਦਾ ਉਹਦਾ ਹਸਬੰਡ ਹਸਬੰਡ ਹੈ ਨਹੀਂ ਤਾਂ ਉਹਨੂੰ ਮਤਲਬ ਇਨਕਾਰ ਨਹੀਂ ਕਰ ਸਕਦਾ ਖਰਚੇ ਤੋਂ ਜਿਹੜਾ ਉਹਦਾ ਮਤਲਬ ਗੁਜ਼ਾਰਾ ਪੱਤਾ ਹੈ ਉਹ ਤੋਂ ਉਹਨੇ ਸੁਪਰੀਮ ਕੋਰਟ ਤੱਕ ਕੇਸ ਲੜੀ ਤੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਸੀ ਸ਼ਾਹ ਬਾਨੋ ਦੇ ਹੱਕ ਜੀ 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 ਲੇਕਿਨ ਉਸ ਫੈਸਲੇ ਨੂੰ ਫਿਰ ਮੁਸਲਮਾਨ ਭਾਈਚਾਰੇ ਨੂੰ ਸੈਟੀਸਫਾਈ ਕਰਨ ਵਾਸਤੇ ਉਹ ਫੈਸਲੇ ਨੂੰ ਉਲਟਾਇਆ ਜੀ ਪਾਰਲੀਮੈਂਟ ਦੇ ਰਾਹੀਂ ਕਾਨੂੰਨ ਬਣਾਇਆ ਹੂੰ ਹੂੰ ਕਾਨੂੰਨ ਬਣਾ ਕੇ ਲੈ ਕੇ ਆਂਦਾ ਪਰ ਉਹਦਾ ਨਤੀਜਾ ਇਹ ਹੋਇਆ ਸੀ ਕਿ ਉੱਥੇ ਕਾਂਗਰਸ ਪਾਰਟੀ ਦਾ ਬੇੜਾ ਕਰ ਕੋ ਗਿਆ ਸੀ ਜੀ ਅੱਜ ਤੱਕ ਜੇ ਆਪਾਂ ਦੇਖੀਏ ਮੇਰੇ ਖਿਆਲ ਨਾਲ ਵੀ ਹੁਣ ਵੀ ਕਾਂਗਰਸ ਪਾਰਟੀ ਦੇ 2 ਜਾਂ 3 ਐਮਐਲ ਹੋਣਗੇ ਯੂਪੀ ਦੇ ਵਿੱਚ ਹੂੰ ਹੂੰ ਜਿਹੜੀ ਯੂਪੀ ਚੋਂ ਕਦੇ ਪ੍ਰਧਾਨ ਮੰਤਰੀ ਆਉਂਦੇ ਹੁੰਦੇ ਸੀ ਜੀ ਕਾਂਗਰਸ ਪਾਰਟੀ ਦਾ ਬੇਸ ਜਿਹੜੀ ਹੈ ਉੱਤਰ ਪ੍ਰਦੇਸ਼ ਸੀ 85 ਸੀਟਾਂ ਹੁੰਦੀਆਂ ਸੀ ਹੁਣ ਤਾਂ ਘਟ ਕੇ ਮੇਰੇ ਖਿਆਲ ਨਾਲ 80 ਰਹਿ ਗਏਗਾ ਜੀ ਉੱਥੇ ਦੀ ਸਥਿਤੀ ਇਹ ਸੀ ਹੂੰ ਹੁਣ ਉੱਥੇ ਇਹਨਾਂ ਨੇ ਮੰਦਿਰ ਬਣਾਉਣ ਵਾਲੀ ਜਦੋਂ ਗੱਲ ਕੀਤੀ ਇਹ ਮਾਮਲਾ ਸੁਪ ਸਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਸੰਵਿਧਾਨਕ ਆਰਟੀਕਲ ਦਾ ਹਵਾਲਾ ਦੇ ਕੇ ਸ਼ਾਇਦ 142 ਹੈ ਉਹਦਾ ਹਵਾਲਾ ਦੇ ਕੇ ਇਹ ਗੱਲ ਕਹਿ ਦਿੱਤੀ ਸੀ ਕਿ ਜੀ ਇਹ ਜਿਹੜੀ ਹੈਗੀ ਪਬਲਿਕ ਇੰਟਰਸਟ ਦੇ ਵਿੱਚ ਇਹਦਾ ਅਸੀਂ ਨਿਪਟਾਰਾ ਕਰਦੇ ਤੇ ਇੱਥੇ ਮੰਦਿਰ ਬਣਾਉਣੇ ਹਮ ਹਮ ਮਸਜਿਦ ਵਾਸਤੇ ਵੀ ਕਹਿ ਦਿੱਤਾ ਅਸੀਂ ਕਿ ਮਸਜਿਦ ਵੀ ਬਣਾਈਏ ਜੀ ਹੁਣੇ ਜਿਹੜਾ ਮੰਦਿਰ ਬਣ ਰਿਹਾ ਹੈ ਇਹ ਮੰਦਿਰ ਜਦੋਂ ਇਹਦਾ ਫੈਸਲਾ ਹੋਇਆ ਸੁਪਰੀਮ ਕੋਰਟ ਵੱਲੋਂ ਤਾਂ ਲਗਭਗ ਸਾਰੀਆਂ ਪਾਰਟੀਆਂ ਨੇ ਸਾਰੀਆਂ ਧਰਾਂ ਜੀ ਇਵੇਂ ਜਿਹੜਾ ਮੁਸਲਮ ਪੱਖ ਸੀ ਮੁਸਲਮ ਪੱਖ ਨੇ ਵੀ ਇਹਨੂੰ ਪਰਵਾਣ ਕਰ ਲਿਆ ਸੀ ਕਿ ਅਦਾਲਤੀ ਫੈਸਲਾ ਜੀ ਇਸ ਅਦਾਲਤ ਨੂੰ ਦੇ ਫੈਸਲੇ ਦੇ ਸਾਹਮਣੇ ਸਿਰ ਝਕਾਉਣੇ ਆ ਜੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਹਾ ਤਾਂ ਸਿਰ ਝਕਾਉਣੇ ਆ ਇੱਕ ਮੰਦਰ ਟਰਸਟ ਬਣਿਆ ਹੋਇਆ ਹੈ ਜੀ ਚੰਪਤਰਾਏ ਉਹਦੇ ਜਿਹੜੇ ਹੈਗੇ ਮੁਖੀ ਆ ਉਹ ਆਪਦਾ ਕੰਮ ਕਰਨ ਕਰੀ ਜਾਣ ਜੀ ਪਰ ਜਿਸ ਢੰਗ ਦੇ ਨਾਲ ਇਹਦਾ ਮਹਿਮਾ ਮੰਡਲ ਕੀਤਾ ਜਾ ਰਿਹਾ ਹੈ ਹੂੰ ਹੂੰ ਕਿ ਹਰ ਮਾਮਲੇ ਦੇ ਵਿੱਚ ਹੀ ਪ੍ਰਧਾਨ ਮੰਤਰੀ ਮੂਰੇ ਹੋਣਗੇ ਮੂਰੇ ਹੋਣਗੇ ਪਿਛਲੇ ਦਿਨਾਂ ਦੇ ਵਿੱਚ ਤਾਂ ਇਹੜੀ ਆ ਸਾਬ ਹੁਣ ਤਾਂ ਟਵੀਟ ਹਟਾਤਾ ਲੇਕਿਨ ਉਹ ਅਜੇ ਕੁਮਦੀ ਫਿਰਦੀ ਹੈ ਤਸਵੀਰ ਅੱਛਾ ਜੀ ਕਰਨਾਟਕਾ ਦੀ ਬੀਜਪੀ ਨੇ ਉਹ ਤਸਵੀਰ ਬਣਾਈ ਸੀਗੀ ਹੂੰ ਹੂੰ ਕਿ ਪ੍ਰਧਾਨ ਮੰਤਰੀ ਸਾਹਿਬ ਜਾਂਦੇ ਐ ਹੂੰ ਹੂੰ ਤੇ ਰਾਮ ਮੰਦਰ ਦੀ ਉਂਗਲ ਫੜ ਕੇ ਉਂਗਲ ਫੜਾ ਕੇ ਤੇ ਉਹਨੂੰ ਲਈ ਜਾਂਦੇ ਆ ਵੀ ਚੱਲ ਤੈਨੂੰ ਭਾਈ ਮੰਦਰ ਛੱਡ ਕੇ ਮੇਰਾ ਆਰਾਮ ਨੂੰ ਆਰਮ ਚੰਦਰ ਨੂੰ ਰਾਮ ਚੰਦਰ ਇੱਕ ਬੱਚਾ ਦਿਖਾਇਆ ਗਿਆ ਜੀ ਜੀ ਕਿ ਰਾਮਚੰਦਰ ਨੂੰ ਲੈ ਕੇ ਜਾਂਦੇ ਕਿ ਚੱਲ ਛੱਡ ਗਾਈਏ ਉਹ ਕਹਿੰਦੇ ਵੀ ਇਹਦਾ ਕਮਾਲ ਹੋ ਗਿਆ ਵੀ ਮੋਦੀ ਜੀ ਇੰਨੇ ਪਾਵਰਫੁਲ ਹੋ ਗਏ ਵੀ ਜਿਹਨੂੰ ਮਰਿਆਦਾ ਪ੍ਰਸ਼ੂਤਮ ਕਹਿੰਦੇ ਆ ਕਣਕਣ ਚ ਰਾਮ ਬਸਦਾ ਤੇ ਰਾਮ ਨੂੰ ਕਰੇ ਛੱਡਣ ਚੱਲੇ ਆ ਰਾਮ ਤਾਂ ਕਰ ਕਰੇ ਕਣਕਣ ਉਹ ਜਦੋਂ ਜਦੋਂ ਇਹ ਗੱਲ ਹੋ ਗਈ ਤੇ ਫਿਰ ਉਹ ਪਤਾ ਲੱਗਾ ਇਹ ਤਾਂ ਗਲਤ ਹੋ ਗਿਆ ਕੰਮ ਜਿਵੇਂ ਆਪਣੇ ਤੇਰੀ ਤੁਹਾਡੇ ਯਾਦ ਹੋਣਾ ਹੈ 2017 ਦੀ ਚੋਣ ਤੋਂ ਪਹਿਲਾਂ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਸੀਗਾ ਆਵਾਦਮੀ ਪਾਰਟੀ ਵਾਲੇ ਨੇ ਤੇ ਉਹ ਦਰਬਾਰ ਸਾਹਿਬ ਦੀ ਫੋਟੋ ਲਾਤੀ ਸੀ ਉਹਦੇ ਤੇ ਨਾਲ ਝਾੜੂ ਲਾਤਾ ਸੀ ਅੱਛਾ ਹੀ ਉਦੋਂ ਤੁਹਾਨੂੰ ਪਤਾ ਵੀ ਬੜਾ ਹੂੰ ਹੂੰ ਵਿਵਾਦ ਖੜਾ ਹੈ ਇਸ ਇਮੇਜ ਵਿੱਚ ਵਿਵਾਦ ਹੀ ਖੜਾ ਹੋ ਗਿਆ ਸੀ ਹੂੰ ਇਹ ਸਾਰਾ ਜਿਹੜਾ ਮਹਿਮਾ ਮੰਡਮ ਕੀਤਾ ਜਾ ਰਿਹਾ ਹੈ ਔਰ ਇਸ ਮਹਿਮਾ ਮੰਡਮ ਦੇ ਉੱਤੇ ਜਿਹੜੀ ਤੁਸੀਂ ਜ਼ਿਕਰ ਕੀਤੀ ਹੈ ਇੱਕ ਆਪਣੇ ਸ਼ੰਕਰਾਚਾਰੀਆ ਦੀ ਜੀ ਸ਼ੰਕਰਾਚਾਰੀਆ ਨੇ ਬੜੀ ਗੱਲ ਕਹੀ ਹੈ ਹੂੰ ਹੂੰ ਉਹ ਕਹਿੰਦਾ ਵੀ ਮੈਂ ਨਹੀਂ ਉੱਥੇ ਜਾ ਰਿਹਾ ਹੂੰ ਹੂੰ ਮੈਨੂੰ ਬੁਲਾਇਆ ਜ਼ਰੂਰ ਸੀ ਮੈਂ ਕੀ ਲੈਣ ਜਾਣਾ ਹੂੰ ਹੂੰ ਕਹਿੰਦਾ ਜੇ ਸਾਰਾ ਕੰਮ ਪ੍ਰਧਾਨ ਮੰਤਰੀ ਨੇ ਕਰਨਾ ਹੈ ਤੇ ਮੈਂ ਉੱਥੇ ਬੈਠ ਕੇ ਕੀ ਕਰੂੰਗਾ ਹੂੰ ਹੂੰ ਮੈਂ ਉੱਥੇ ਤਾੜੀਆਂ ਮਾਰੂੰਗਾ ਜੀ ਇਹ ਕੰਮ ਸੰਤਾਂ ਦਾ ਹੈ ਹੂੰ ਹੂੰ ਇਹ ਸਾਧੂਆਂ ਦਾ ਕੰਮ ਹੈ ਇਹ ਪ੍ਰਧਾਨ ਮੰਤਰੀ ਦਾ ਕੰਮ ਨਹੀਂ ਜੀ ਅਗਲੀ ਗੱਲ ਉਹ ਕਹਿੰਦੇ ਵੀ ਮੰਦਰ ਹਲੇ ਅਧੂਰਾ ਹੈ ਅੱਛਾ ਜੀ ਮੰਦਰ ਤਾਂ ਹਲੇ ਪੂਰਾ ਹੀ ਨਹੀਂ ਹੋਇਆ ਪੂਰਾ ਹੀ ਨਹੀਂ ਹੋਇਆ ਹਾਂਜੀ Hindu ਮਤ ਦੇ ਮੁਤਾਬਕ ਅਧੂਰੇ ਮੰਦਰ ਦਾ ਉਦਘਾਟਨ ਕੀਤਾ ਹੀ ਨਹੀਂ ਜਾ ਸਕਦਾ ਹੂੰ ਤੇ ਜੇ ਅਧੂਰੇ ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਤਾਂ ਇਹ ਤਾਂ ਫਿਰ ਰਾਜਨੀਤੀ ਹੈ ਰਾਜਨੀਤੀ ਹੈ ਹੁਣ ਉਹ ਰਾਜਨੀਤੀ ਕੀ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜੇ ਹੁਣ ਇਹ ਜਦੋਂ ਮੰਦਿਰ ਪੂਰਾ ਹੋਣਾ ਸ਼ੈਦ ਅਗਸਤ ਵਗੈਰਾ ਚੂਗਾ ਤੇ ਉਦ ਤੱਕ ਤੇ ਜਿਹੜਾ ਕਿੰਨਾ ਹੋ ਜਾਣਾ ਹੈ ਹਾਂ ਉਦੋਂ ਤੱਕ ਚੋਣਾ ਖਤਮ ਹੋ ਜਾਣਗੇ ਹੂੰ ਹੂੰ ਚੋਣਾ ਤੋਂ ਪਹਿਲਾਂ ਪਹਿਲਾਂ ਮਤਲਬ ਇਹ ਦਿਖਾਉਣਾ ਕਿ ਇਹ ਮੋਦੀ ਜੀ ਹੈ ਇੰਤ ਮੁਮਕਨ ਹੈ ਹੂੰ ਹੂੰ ਇਹ ਸਾਰਾ ਕੁਝ ਬਣ ਗਿਆ ਇਹਦੇ ਤੇ ਉਹਨਾਂ ਨੇ ਦਿੱਤੀ ਸੀਗੀ ਸੱਦਾ ਪੱਤਰ ਦਿੱਤਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਦਿੱਤਾ ਹੋਇਆ ਵੈਸੇ ਤਾਂ ਜੀ ਪਰ ਕਾਂਗਰਸ ਪਾਰਟੀ ਦੇ ਵਿੱਚੋਂ ਪੋਲੀਟੀਕਲ ਪਾਰਟੀ ਦੀ ਬਜਾਏ ਮਲਕਰ ਅਰਜੁਨ ਖੜਗੇ ਨੂੰ ਦਿੱਤਾ ਜੀ ਸੋਨੀਆ ਗਾਂਧੀ ਨੂੰ ਦਿੱਤਾ ਵਿਰੋਧੀ ਧਿਰ ਦੇ ਬਡੀ ਮਤਲਬ ਜਿਹੜੀ ਹੈਗੀ ਪਾਰਟੀ ਦੇ ਲੀਡਰ ਹੈ ਅਧਿਰੰਜਨ ਚੌਧਰੀ ਉਹਨਾਂ ਨੂੰ ਦਿੱਤਾ ਉਹਨਾਂ ਨੂੰ ਕਹਿੰਦਾ ਤੁਸੀਂ ਜ਼ਰੂਰ ਆਇਓ ਹੂੰ ਹੂੰ ਕਿਹਾ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਫਸ ਗਏ ਦੇ ਤੇ ਵੀ ਕੀ ਕਰਗੇ ਹੂੰ ਹੂੰ ਉਹਨਾਂ ਦੇ ਤੇ ਜਦੋਂ ਸੋਚਣ ਲੱਗੇ ਵੀ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਦੋ ਗੱਲਾਂ ਸੀ ਜੀ ਵੀ ਜੇ ਨਾ ਗਏ ਤਾਂ ਬੀਜੇਪੀ ਵਾਲੇ ਇਹ ਪ੍ਰਚਾਰ ਕਰਨਗੇ ਕਿ ਦੇਖੋ ਜੀ ਇਹਨਾਂ ਨੂੰ ਤਾਂ ਮੰਦਰ ਨਾਲ ਤਲਕੀ ਕੋਈ ਨਹੀਂ ਇਹ ਤਾਂ ਹਿੰਦੂ ਧਰਮ ਵਿਰੋਧੀ ਹੈ ਹੂੰ ਹੂੰ ਤੇ ਜੇ ਜਾਂਦੇ ਰਹੇ ਤੇ ਘਟ ਗਈ ਭਾਈਚਾਰਾ ਜਿਹੜਾ ਹੈਗਾ ਉਲਟ ਹੋ ਜੂ ਜੀ वैसे मेरा ख्याल अभी कट गिनती भाई सारे देवी धार्मिक आगों नु सदनगे थे ओ भी जानगे हम्म हम्म पर कांग्रेस पार्टी तो पहला जी आपा आप डिस्क्स क्रिटिसी खबर पहला सीपीएम ने इंकार ਕੀਤਾ ਸੀ ਕਿ ਸਾਡਾ ਅਸੀਂ ਧਰਮ ਨੂੰ ਤੇ ਰਾਜਨੀਤੀ ਨੂੰ ਅਲੱਗ ਸਮਝਦੇ ਆਂ ਇਸ ਕਰਕੇ ਸੀ ਹੂੰ ਹੂੰ ਰਾਜਨੀਤੀ ਕਰਦੇ ਆਂ ਰਾਜਨੀਤਿਕ ਬੰਦੇ ਆਂ ਸਾਡਾ ਧਾਰਮਿਕ ਜਿਹੜਾ ਹੈਗਾ ਪ੍ਰੋਗਰਾਮ ਤੇ ਆਦਾ ਕੋਈ ਅਦਾ ਨਹੀਂ ਫਿਰ ਮੰਮ ਤਾਂ ਮੈਂ ਨਹੀਂ ਜੀ ਨੇ ਵੀ ਕਹਤਾ ਕਿ ਮੈਂ ਵੀ ਨਹੀਂ ਜਾਂਦੀ ਕੁਝ ਹੋਰ ਲੋਕਾਂ ਨੇ ਕਹਿਤਾ ਹੁਣ ਇਕਲੇਸ਼ ਸਿੰਘ ਇਕਲੇਸ਼ ਯਾਦਵ ਨੇ ਵੀ ਕਹਿਤਾ ਜੀ ਕਿ ਬਾਈ ਨੂੰ ਨਹੀਂ ਜਾਂਦੇ ਸੀ ਬਾਈ ਬਾਈ ਮੰਗਰੋ ਜਾਵਣਾ ਬਾਈ ਜਨਵਰੀ ਨੂੰ ਨਹੀਂ ਜਾਂਦੇ ਇਹ ਹੀ ਗੱਲ ਜਿਹੜੀ ਹੈਗੀ ਹੈ ਉਹ ਕਾਂਗਰਸ ਪਾਰਟੀ ਨੇ ਕਹੇ ਤੀ ਕਾਂਗਰਸ ਪਾਰਟੀ ਦਾ ਇਹ ਪ੍ਰੈਸ ਬਿਆਨ ਜਾਰੀ ਹੋਇਆ ਉਹ ਜੈ ਰਾਮ ਰਮੇਸ਼ਪਾਲੂ ਹੋਏ ਜੀ ਜੈ ਰਾਮ ਰਮੇਸ਼ ਹੁਣ ਇਹ ਗੱਲ ਕਹਿੰਦੇ ਹੈ ਕਿ ਅਸੀਂ ਬੜੇ ਸਤਕਾਰ ਦੇ ਨਾਲ ਜੀ ਸੁਪਰੀਮ ਕੋਰਟ ਦੇ ਫੈਸਲੇ ਦਾ ਜਿਹੜਾ ਇਜਤਿਮਾਨ ਕਰਦੇ ਹੋਏ ਉਹਨੂੰ ਪ੍ਰਵਾਨ ਕਰਦੇ ਹਾਂ ਮੰਦਰ ਦੇ ਵਿੱਚ ਆਸਥਾ ਹੈ ਲੇਕਿਨ ਜੀ ਇਹ ਮੰਦਿਰ ਦੇ ਉਦਘਾਟਨੀ ਸਮਾਗਮ ਨੂੰ ਜਿਵੇਂ ਇੱਕ ਰਾਜਨੀਤਿਕ ਇਵੈਂਟ ਦੇ ਰੂਪ ਦੇ ਵਿੱਚ ਬਣਾਇਆ ਜਾ ਰਿਹਾ ਤੇ ਇਵੈਂਟ ਦੀ ਮੈਨੇਜਮੈਂਟ ਦੀ ਜਿਹੜੀ ਟੋਟਲ ਹਮ ਹਮ ਕ੍ਰੈਡਿਟ ਹੈ ਜੀ ਉਹ ਦੇਣਾ ਚਾਹੀਦਾ ਹੈ ਦੇਣਾ ਚਾਹੁੰਦੇ ਹੈ ਨਰਿੰਦਰ ਮੋਦੀ ਸਾਹਿਬ ਨੂੰ ਇਸ ਲਈ ਇਸੇ ਦਾ ਹਿੱਸਾ ਨਹੀਂ ਮੜਦੇ ਹਮ ਮੇਰੇ ਖਿਆਲ ਮੁਤਾਬਕ ਠੀਕ ਹੈ ਹੁਣ ਮੈਂ ਕਿਤੇ ਗੱਲ ਕਰ ਰਿਹਾ ਸੀ ਕਿਸੇ ਬੰਦੇ ਨਾਲ ਮੈਂ ਕਿਹਾ ਵੀ ਮੈਨੂੰ ਇਹ ਦੱਸੋ ਇੱਕ ਪਾਸੇ ਮੰਦਿਰ ਬਣਨੇ ਜੀ ਕੀ ਮੰਦਿਰ ਬਣਨਾ ਵੱਡੀ ਘਟਨਾ ਹੈ ਜਾਂ ਬਾਬਰੀ ਮਸਜਿਦ ਨੂੰ ਢਾਉਣਾ ਵੱਡੀ ਗੱਲ ਹੈ। ਤਾਂ ਵੱਡੀ ਘਟਨਾ ਚਾਹੋ ਇਹ ਵੀ ਬਾਬਰੀ ਢਾਉਣਾ ਡਿਮੋਲਿਸ਼ਨ ਹੈ। ਡਿਮੋਲਿਸ਼ਨ ਦੇ ਬਾਵਜੂਦ ਵੀ ਦਾਨੀਅਲ ਸਿੰਘ ਜੀ ਤੋਂ ਬਾਤ ਚੁਣੀ ਹੈ। ਹੂੰ ਹੂੰ। ਭਾਰਤੀ ਜਨਤਾ ਪਾਰਟੀ ਜਿੱਤੀ ਨਹੀਂ ਸੀ ਜੂਪੀ ਜੀ ਹਾਰ ਗਈ ਸੀ। ਤੇ ਜੇ ਹੁਣ ਵੀ ਆਪਾਂ ਦੇਖੀਏ ਤਾਂ ਜਿਹੜੀ ਨਰਿੰਦਰ ਮੋਦੀ ਸਾਹਿਬ ਨੂੰ ਵੋਟ ਪੈਂਦੀ ਹੈ ਮੰਨ ਲਓ ਕੋਈ 37 ਕਹਿੰਦਾ 40 ਮੰਨ ਲਓ। ਹੂੰ ਹੂੰ। 40% ਵੋਟ ਜੀ ਬੀਜੇਪੀ ਨੂੰ ਮਿਲੀ ਹੈ। ਜੀ। 60% ਵੋਟ ਤਾਂ ਫਿਰ ਉਹਨਾਂ ਦੇ ਉਲਟ ਗਈ ਹੈ। ਉਲਟ ਗਈ ਹੈ। ਤੇ ਉਹ 60% ਵੋਟ ਜਿਹੜੀ ਉਲਟ ਗਈ ਹੈ ਉਹਦੇ ਵਿੱਚੋਂ ਤੁਸੀਂ ਇਹ ਲਾ ਲਓ ਵੀ ਬਾਕੀ ਜਿਹੜੀ ਇਹ ਸਾਰੇ ਤਾਂ ਮੁਸਲਮਾਨ ਨਹੀਂ ਹੈਗੇ ਸਾਰੇ ਸਿੱਖ ਨਹੀਂ ਹੈਗੇ ਉਹਦੇ ਵਿੱਚ ਹਿੰਦੂ ਵੀ ਹੋਣਗੇ ਹਿੰਦੂ ਵੀ ਆਉਣਗੇ ਔਰ ਇਹ ਗੱਲ ਕਾਂਗਰਸ ਪਾਰਟੀ ਨੇ ਮੈਂ ਸਮਝਦਾ ਠੀਕ ਕੀਤੀ ਹੈ ਉਹਨਾਂ ਦਾ ਠੀਕ ਪੈਂਤਰਾ ਹੈ ਕਿਉਂਕਿ ਇਹ ਗਲਤੀ ਪਹਿਲਾਂ ਰਾਹੁਲ ਗਾਂਧੀ ਕਰ ਚੁੱਕੇ ਹੂੰ ਹੂੰ ਰਾਹੁਲ ਗਾਂਧੀ ਜਦੋਂ ਗੁਜਰਾਤ ਦੇ ਵਿੱਚ ਇਹਨਾਂ ਚੋਣਾਂ ਤੋਂ ਪਹਿਲੀਆਂ ਚੋਣਾਂ ਸੀ ਚੋਣਾਂ ਸੀ ਉਦੋਂ ਉਦੋਂ ਉਹਨਾਂ ਨੇ ਜਨੇਊ ਵੀ ਪਾਲਿਆ ਸੀ ਮੰਦਰਾਂ 'ਚ ਵੀ ਜਾਂਦੇ ਸੀ ਤੇ ਉਹ ਆਪ ਦਾ ਗੋਤ ਵੀ ਦੱਸਦੇ ਫਿਰਦੇ ਸੀ ਕਿ ਮੈਂ ਬ੍ਰਾਹਮਣ ਬ੍ਰਾਹਮਣ ਹੈ ਬਿਲਕੁਲ ਠੀਕ ਹੈ ਨਾ ਕੋਸ਼ਿਸ਼ ਕੀਤੀ ਔਰ ਜੇ ਜਿਹੜਾ ਹਿੰਦੂ ਤਬਾਏ ਜੀ ਕੱਟੜ ਹਿੰਦੂ ਤਬਦਾ ਤੁਸੀਂ ਜਿਹੜਾ ਹੈਗਾ ਉਹ ਲਿਬਰਲ ਹਿੰਦੂ ਤਬ ਨਾਲ ਜਿਹੜਾ ਮੁਕਾਬਲਾ ਨਹੀਂ ਕਰ ਸਕਦੇ ਇਹਦਾ ਬੈਨੀਫਿਟ ਤਾਂ ਉਹਨਾਂ ਨੂੰ ਜਾੜੇ ਜਾਣਾ ਸੀ ਇਹ ਜਾਣਦੇ ਰਹਿੰਦੇ ਨਾ ਜਾਣਗੇ ਤਾਂ ਵੀ ਜਾਣੇ ਤਾਂ ਵੀ ਕਿ ਤੁਹਾਨੂੰ ਇੱਕ ਚੀਜ਼ ਦੱਸੋ ਫਿਰ ਸੱਦਾ ਕੌਣ ਭੇਜ ਰਿਹਾ ਹੈ ਸੱਦਾ ਤਾਂ ਬੈਸੇ ਜਿਵੇਂ ਉਹ ਕਹਿੰਦੇ ਐ ਤੁਹਾਡੇ ਅਗਲੇ ਜੀ ਆਦੂ ਕਦੇ ਮੈਂ ਤਾਂ ਬਿਸ਼ਵਿੰਦੂ ਪ੍ਰਿਸ਼ਦ ਆ ਹਾਂ ਚੰਪਤਰਾਏ ਜਿਹੜੇ ਹੈਗੇ ਆ ਉਹ ਮੰਦਰ ٹرسٹ ਦੇ ਜਿਹੜੇ ਹੈਗੇ ਚੇਅਰਮੈਨ ਨੇ ਵੱਲੋਂ ਜਿਹੜਾ ਹੈਗਾ ਉਹ ਕਹਿੰਦੇ ਵੀ ਸਰਦਾ ਭੇਜਿਆ ਗਿਆ ਪਰ ਸ਼ੰਕਰਾਚਾਰੀਆ ਜਿਹੜੇ ਹੈਗੇ ਜੇ ਜੇ ਸੰਤ ਹੀ ਨਹੀਂ ਜਾਂਦੇ ਹੂੰ ਜੇ ਤਾਂ ਇਹ ਕਲੀ ਕਾਂਗਰਸ ਬਾਈਕਾਟ ਕਰਦੀ ਜਾਂ ਨਾ ਜਾਣ ਤੋਂ ਗੱਲ ਕਰਦੀ ਬਾਈਕਾਟ ਨਹੀਂ ਕਰ ਸਕਦੇ ਉਹਨਾਂ ਨੇ ਜਾਣ ਤੋਂ ਇਨਕਾਰ ਕਰਤਾ ਫਿਰ ਤਾਂ ਕਹਿੰਦੇ ਵੀ ਕਾਂਗਰਸ ਨੂੰ ਜਿਹੜੀ ਸੰਤ ਆ ਉਹ ਤਾਂ Hindu ਹੈ ਉਹ ਤਾਂ ਸਨਾਤਨੀ ਹੈ ਉਹਨਾਂ ਨੂੰ ਤੁਸੀਂ ਕੀ ਕਹੋਗੇ ਹੂੰ ਹੂੰ ਜੇ ਸੰਤ ਹੀ ਜਾਣ ਤੋਂ ਇਨਕਾਰ ਕਰੀਏ ਤਾਂ ਮਤਲਬ ਹੈ ਕਿ ਕੰਮ ਤਾਂ ਫਿਰ ਅਧੂਰਾ ਹੈ ਇਹ ਲੋਪਾ ਪੂਰਾ ਨਹੀਂ ਕਹਿ ਸਕਦੇ ਸੋ ਇਸ ਕਰਕੇ ਇਹ ਛੋੜੋ ਆ ਜਿਹੜਾ ਹੈਗਾ ਮੇਰੇ ਖਿਆਲ ਮੁਤਾਬਕ ਫੈਸਲਾ ਚੰਗਾ ਹੀ ਆ ਕਾਂਗਰਸ ਦਾ ਕੋਈ ਮੜਾ ਨਹੀਂ ਜੇ ਤਾਂ ਸਭਾ ਇੱਕ ਹੋਰ ਅਪਡੇਟ ਆਈ ਹੈ ਵੀ ਐਨਆਈਏ ਨੇ ਜਿਹੜਾ ਹੈਗਾ ਅੱਜ ਬਠਿੰਡਾ ਤੇ ਹੋਰ ਆਲੇ ਦੁਆਲੇ ਛਾਪੇ ਮਾਰੀ ਕੀਤੀ ਆ ਜਿਹੜੇ ਬੰਦੇ ਸਿੱਧੂ ਮੂਸੇ ਵਾਲੇ ਦੇ ਕੇਸ ਚ ਇਨਵੋਲਡ ਸ਼ੱਕੀ ਹੈਗੇ ਉਹਨਾਂ ਦੇ ਘਰ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਹੈ ਛੋਟੇ ਮੋਟਾ ਵੀ ਕੋਈ ਲਿੰਕ ਹੈ ਛੋਟੇ ਮੋਟੇ ਉੱਪਰ ਦੇ ਗੈਂਗਸਟਰਾਂ ਉਹਨਾਂ ਦੇ ਘਰਾਂ ਚ ਵੀ ਜਿਹੜੀ ਅੱਜ ਤੜਕਸਾ ਰੇਡ ਮਾਰੀ ਆ ਬਠਿੰਡੇ ਹੈਰੀ ਮੋੜ ਆ ਉਹਦੇ ਘਰੇ ਗਏ ਨੇ ਫਰੋਸ ਪੁਰਤਗਈ ਹੈ ਜੀ ਤੇ ਉੱਥੇ ਸੁਖਦੀਪ ਦੇ ਘਰ ਛਾਪਾ ਮਾਰਿਆ ਤੇ ਉਹਦਾ ਕਹਿੰਦੇ ਪਤਾ ਚੱਲੇ ਕਿ ਨਸ਼ੇ ਦੇ ਕਾਰੋਬਾਰ ਤੇ ਸਬੰਧ ਹੈ ਹੁਣ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ ਟੈਰਰ ਗੈਂਗਸਟਰ ਨੈਕਸਲਾਈਟ ਐਂਡ ਜਿਹੜੇ ਆਪਣੇ ਨਸ਼ਾ ਤਸਕਰ ਨੇ ਇਹ ਜਿਹੜਾ ਨੈਕਸਸ ਬਣ ਗਿਆ ਬੜਾ ਤਕੜਾ ਟੈਰਰ ਗੈਂਗਸਟਰ ਐਂਡ ਸਮਗਲਰ ਦੇ ਕੋਈ ਇਹ ਜਿਹੜਾ ਹੈਗਾ ਗੱਠਜੋੜ ਤਾਂ ਬਣਿਆ ਬਈ ਏ ਇਹਦੇ ਚ ਕੋਈ ਸ਼ੱਕ ਨਹੀਂ ਕਿ ਇੱਕ ਦੂਜੇ ਦੇ ਪੂਰਕ ਹੈ ਹੂੰ ਹੂੰ ਇੱਕ ਦੂਜੇ ਦੇ ਮਦਦਗਾਰ ਹੈ ਇਹਨਾਂ ਨੂੰ ਹੁਣ ਜਿਹੜਾ ਹੈਗਾ ਨਖੇੜਨਾ ਕਿਵੇਂ ਕੀ ਇਹ ਕੱਲਾ ਕੱਲਾ ਪਾਇ ਕਿ ਸਕਦੀ ਵੀ ਇਹਨਾਂ ਨੂੰ ਤਾਕਤ ਦੇ ਜੋਰ ਨਾਲ ਨਖੇੜਿਆ ਜਾ ਸਕਦਾ ਉਹ ਨਹੀਂ ਜੀ ਇਹ ਤਾਂ ਇਹਨਾਂ ਦੇ ਕਾਰਨ ਲੱਭਣੇ ਪੈਣਗੇ ਕਾਰਨ ਲੱਭ ਕੇ ਜਿੰਨੀ ਦੇਰ ਤੱਕ ਤੁਹਾਨੂੰ ਬਿਮਾਰੀ ਦੀ ਜੜ ਤਾਂ ਨਹੀਂ ਪਤਾ ਲੱਗਦਾ ਤੁਸੀਂ ਇਲਾਜ ਕਿਵੇਂ ਕਰੋਗੇ ਹਮ ਹਮ ਪਹਿਲਾਂ ਤਾਂ ਬਿਮਾਰੀ ਦੇ ਲੱਛਣ ਦੇਖਣੇ ਪੈਣਗੇ ਨਾ ਜੀ ਲੱਛਣ ਦੇਖ ਕੇ ਫਿਰ ਦੇਖਣਗੇ ਕਿ ਇਹ ਜਿਹੜਾ ਹੈਗਾ ਸాల్ਟ ਨੇ ਕਿਹੜੇ ਨੇ ਕੰਮ ਕਰਨੇ ਹਮ ਹਮ ਤੇ ਉਹੀ ਸాల్ਟ ਫਿਰ ਇਸਤੇਮਾਲ ਕਰਨੇ ਜੀ ਪਰ ਜੇ ਹੁਣ ਆਪਾਂ ਗੱਲ ਲਈਏ ਇਹਦੇ ਨਾਲ ਤਾਂ ਕਈ ਵਾਰੀ ਇਹ ਵੀ ਹੁੰਦਾ ਕਿ ਜਿੱਦਾਂ ਕੋਈ ਮਾੜਾ ਮੋਟਾ ਬੈਸੀ ਕਿਸੇ ਦੀ ਕੋਈ ਰਿਸ਼ਤੇ ਰਿਸ਼ਦਾਰੀ ਆ ਜੇ ਉਹਦੇ ਘਰੇ ਰੇਡਾਂ ਬਜਣੀਆਂ ਸ਼ੁਰੂ ਹੋਗੀਆਂ ਪੰਜਾਬ 'ਚ ਆਪਾਂ ਖੜਕੂ ਬਾਦ ਦਾ ਜਿਹੜਾ ਮਾੜਾ ਦੌਰ ਸੀ ਉਸ ਦੌਰ 'ਚ ਦੇਖਿਆ ਵੈ ਵੀ ਘਰੇ ਬੈਠੀ ਮੁੰਡੇ ਜਿਹੜੇ ਹੈਗੇ ਛਾਪੇ ਮਾਰ ਮਾਰ ਕੇ ਭਜਾਤੇ ਸੀ ਜੀ ਔਰ ਬਾਦ ਦੇ ਵਿੱਚ ਫਿਰ ਬੜੇ ਖਤਰਨਾਕ ਅਪਰਾਧੀ ਬਣ ਗਏ ਸੀ ਉਹ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਮੇਰੇ ਖਿਆਲ ਮੁਤਾਬਕ ਹੈ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਕੇ ਇਹਦਾ ਸੈਂਟੀਫਿਕਲਾਈਜ਼ ਕਰਨਾ ਚਾਹੀਦਾ ਹੈ ਜੀ ਹੁਣ ਗੱਠ ਜੋੜ ਕਾਗਜੀ ਵੀ ਹੁੰਦਾ ਹੈ ਅਸਲੀਅਤ ਵੀ ਹੁੰਦਾ ਹੈ। ਕਈ ਵਾਰੀ ਹੁੰਦੇ ਹੋਏ ਵੀ ਨਹੀਂ ਦਿਖਦਾਗਾ। ਉਹ ਕਹਿੰਦੇ ਹੁੰਦੇ ਨੇ ਵੀ ਕਹਿੰਦੀ ਮੈਂ ਵਿਆਹੀ ਤਾਂ ਹਾਂ ਰੰਡੀਆਂ ਨਾਲੋਂ ਪੈੜੀ ਆ। ਇਹੀ ਇਨਸਤੀਤੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਇੱਕ ਗੱਠਜੋੜ ਹੋਇਆ ਸੀ ਉਹਦੀ ਹਾਲਤੇ ਬਣੀ ਵੀ ਹੈ। ਜੀ। ਗੱਠਜੋੜ ਹੋਇਆ ਸੀ ਅਸੈਂਬਲੀ ਇਲੈਕਸ਼ਨਾਂ ਮਿਲੇ। ਹਮ ਹਮ। ਅਕਾਲੀ ਦਲ ਦਾ ਤੇ ਬਹੁਜਨ ਸਮਾਜ ਪਾਰਟੀ ਦਾ। ਜੀ। ਔਰ ਉਸ ਗੱਠਜੋੜ ਦੇ ਵਿੱਚ ਜਿਹੜੀ ਹੈਗੀ ਆਪਾਂ ਦੇਖਿਆ ਕਿ ਬਹੁਤ ਜਨ ਸਮਾਜ ਪਾਰਟੀ ਦੇ ਲੀਡਰ ਹੈ ਜਿਹੜੇ ਪ੍ਰਧਾਨ ਹੈ ਜਸਵੀਰ ਸਿੰਘ ਗੜੀ ਜੀ ਗੁਰਸਿੱਖਾ ਪੂਰਾ ਮਤਲਬ ਸਾਬਤ ਸਬੂਤ ਸਿੱਖਿਆ ਉਹ ਹਮਮ ਔਰ ਸੁਖਬੀਰ ਸਿੰਘ ਬਾਦਲ ਦੇ ਨਾਲ ਜਾ ਕੇ ਜਦੋਂ ਖੜਦੇ ਹੁੰਦੇ ਸੀ ਪ੍ਰਭਾਵ ਪੈਂਦਾ ਸੀ ਜੀ ਪੈਸੇ ਵੀ ਜੇ ਆਪਾਂ ਦੇਖੀ ਤੇ ਬੰਦਾ ਸਿਆਣਾ ਬੋਲਣ ਚੱਲਣ ਦੇ ਵਿੱਚ ਵੀ ਉਹਦੀ ਤਕਰੀਰ ਵੀ ਪ੍ਰਭਾਵਸ਼ਾਲੀ ਹੁੰਦੀ ਹਮਮ ਉਹਨਾਂ ਦਾ ਤੇ ਭਾਰਤੀ ਜਨਤਾ ਪਾਰਟੀ ਆ ਆਪਣਾ ਜਿਹੜਾ ਅਕਾਲੀ ਦਲ ਦਾ ਗੱਠਜੋੜ ਸੀਗਾ ਇਹ ਉਦੋਂ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਤੋੜ ਮਿਛੋੜਾ ਹੋ ਗਿਆ ਸੀ ਜੀ ਵੈਸੇ ਪਹਿਲੀ ਵਾਰ ਨਹੀਂ ਹੋਇਆ ਇਹ ਤੋਂ ਪਹਿਲਾਂ ਵੀ 1996 ਦੀਆਂ ਚੋਣਾਂ ਵੀ ਇਹਨਾਂ ਨੇ ਮਿਲ ਕੇ ਲੜੀਆਂ ਸੀ ਹੂੰ ਹੂੰ ਤੇ 1996 ਦੀਆਂ ਚੋਣਾਂ 'ਚ ਬਹੁਤ ਵਧੀਆ ਪਰਫਾਰਮੈਂਸ ਪਾਰਲੀਮੈਂਟ ਦੀ ਦਿਖਾਈ ਸੀਗੀ ਅਕਾਲੀ ਦਲ ਨੇ ਤੇ ਬਹੁਜਨ ਸਮਾਜ ਪਾਰਟੀ ਨੇ ਹੂੰ ਹੂੰ ਪਰ ਉਦੋਂ ਬਾਦਲ ਸਾਹਿਬ ਨੇ ਆਪਣੇ ਹਿੱਸੇਦਾਰਾਂ ਨੂੰ ਪੁੱਛਿਆ ਹੀ ਨਹੀਂ ਸੀ ਜੀ ਤੇ ਬਿਨਾਂ ਸ਼ੱਕ ਅਟਲ ਬਿਹਾਰੀ ਬਾਜਪਾਈ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਬੀਜੇਪੀ ਦੀ ਹਮਾਇਤ ਦਾ ਐਲਾਨ ਕਰਤਾ ਸੀ ਹੂੰ ਹੂੰ ਉਸ ਤੋਂ ਬਾਅਦ ਇਹ ਫਿਰ ਚਲੋ ਚੌਧਰੀ ਕਾਸ਼ੀ ਰਾਮ ਨਹੀਂ ਰਹੇ ਜੀ ਇਹ ਹੁਣ ਪਿੱਛੇ ਜਿਹੜਾ ਇਹਨਾਂ ਨੇ ਚੋਣ ਸਮਝੌਤਾ ਕਰ ਲਿਆ ਸੀ ਹੂੰ ਹੂੰ ਹੁਣੇ ਵੀ ਉੱਠਦਾ ਬੁਲਟ ਕੀ ਜਾਂਦਾ ਹੈ ਜੀ ਕੋਸ਼ਿਸ਼ ਹੈ ਕਿ ਆਕਾਲੀ ਦਲ ਵੱਲੋਂ ਵੀ ਸਾਡਾ ਜੇ ਸਮਝੌਤਾ ਗੱਠਜੋੜ ਹੋ ਜੇ ਹੂੰ ਹੂੰ ਬਹੁਤ ਆਪਣੇ ਬੀਜੇਪੀ ਨਾਲ ਜੀ ਤੇ ਗੱਲ ਚੰਗੀ ਹੈ ਹੂੰ ਹੂੰ ਬੀਜੇਪੀ ਵਾਲੇ ਕੋਈ ਲੜਪਲਾ ਨਹੀਂ ਫੜਾਉਂਦੇ ਅੱਛਾ ਉਹ ਇਨ ਵਿੱਚ ਜਦੋਂ ਪੱਤਰਕਾਰ ਕਈ ਵਾਰੀ ਪੁੱਛ ਲੈਂਦੇ ਵੀ ਤੁਸੀਂ ਦੱਸੋ ਜੀ ਬੀਜੇਪੀ ਨਾਲ ਸਮਝੌਤਾ ਕਰੋਗੇ ਮੈਂ ਜਿੰਨੇ ਵੀ ਬੁਲਾ ਰਹੇ ਇਹਨਾਂ ਦੇ ਬੋਲਦੇ ਦੇਖੇ ਹੈ ਜਾਨ ਨੇੜੀਆ ਜੀ ਜੀ ਉਹ ਕਹਿੰਦੇ ਵੀ ਹਾਲੇ ਤੱਕ ਤਾਂ ਸਾਡਾ ਸਮਝੌਤਾ ਬੀਐਸਪੀ ਨਾਲ ਹੈ ਹੂੰ ਹੂੰ ਹਾਲੇ ਤੱਕ ਵੀ ਹਲੇ ਤੱਕ ਹੈਗਾ ਤੇ ਕੱਲ ਨੂੰ ਟੁੱਟ ਵੀ ਸਕਦਾ ਜੀ ਉਹਨਾਂ ਬੀਐਸਪੀ ਵਾਲੇ ਵੀ ਦੇਖੀ ਜਦੇ ਵੀ ਇਹ ਗੱਲ ਕੀ ਹੈ ਇਹਨਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਅਕਾਲੀ ਦਲ ਵਾਲਿਆਂ ਨੇ ਵੀ ਆਪਣੇ ਕੈਂਡੀਡੇਟ ਜਿਹੜੇ ਹੈਗੇ ਆ ਲੁਧਿਆਣੇ ਤੋਂ ਤਾਂ ਬਹੁਤ ਪਹਿਲਾਂ ਹੀ ਐਲਾਨਤਾ ਸੀ ਹੁਣ ਵੀ ਜਿਹੜੀ ਹੈਗੀ ਹੈ ਆਪਣੀ ਕੈਂਪੇਨ ਚਲਾਈ ਜਾਂਦੇ ਜੀ ਜਿਹੜੇ ਬਹੁਜਨ ਸਮਾਜ ਪਾਰਟੀ ਵਾਲੇ ਉਹ ਵੀ ਕੀ ਜਾਂਦੇ ਸੀ ਤਾਂ ਹੁਣ ਇੱਕ ਇੰਟਰਵਿਊ ਕਿਸੇ ਪੱਤਰਕਾਰ ਨਾਲ ਹੋਈ ਜਸਪੀਰ ਸਿੰਘ ਗੱਡੀ ਹੋਰਾਂ ਦੀ ਜੀ ਉਹ ਕਹਿੰਦੇ ਵੀ ਕਾਗਜ਼ਾਂ ਪత్రਾਂ 'ਚ ਤਾਂ ਸਾਡਾ ਗੱਠ ਜੁੜਾ ਹੈਗਾ ਪਰ ਅਮਲ ਦੇ ਤੌਰ ਤੇ ਮੈਨੇ ਤੱਕ ਇਹ ਕੋਈ ਦਿਖਦਾ ਨਹੀਂ ਜੀ ਕਿਉਂਕਿ ਸਾਡੇ ਨਾਲ ਤਾਂ ਕਹਿੰਦੇ ਤਾਲਮੇਲ ਹੀ ਨਹੀਂ ਹੈ ਹੁਣ ਹੂੰ ਹੂੰ ਅਕਾਲੀ ਦਲ ਵਾਲੇ ਕਹਿੰਦੇ ਆਪਦੀਆਂ ਸੀਟਾਂ ਦਾ ਜਿਹੜਾ ਹੈਗਾ ਉਹ ਕਰੀ ਜਾਂਦੇ ਐ ਪ੍ਰਚਾਰ ਪ੍ਰਸਾਰ ਤਿਆਰੀਆਂ ਕਰੀ ਜਾਂਦੇ ਐ ਇਹਨਾਂ ਹਾਲਾਤਾਂ ਦੇ ਵਿੱਚ ਕਹਿੰਦੇ ਫਿਰ ਅਸੀਂ ਵੀ 13 ਦੀਆਂ 13 ਸੀਟਾਂ ਦਾ ਆਪਣਾ ਜਿਹੜਾ ਤਿਆਰੀਆਂ ਸ਼ੁਰੂ ਕਰ ਰਹੇ ਹਾਂ ਅਸੀਂ ਆਪਣਾ ਜੈਜਾ ਲੈ ਲਏ ਜੀ ਇਹ ਤੋਂ ਪਹਿਲਾਂ ਗੱਡੀ ਸਾਹਿਬ ਦੀ ਹਾਲਤ ਉਹਦੋਂ ਥੋੜੀ ਜੀ ਹੋਰ ਬੜੀ ਖਸੂਤੀ ਹੋ ਗਈ ਸੀ ਜੀ ਜਦੋਂ ਆਮ ਆਦਮੀ ਜਦੋਂ ਇਹਨਾਂ ਦੇ ਬੀਐਸਪੀ ਦੇ ਵਰਕਰ ਪੁੱਛਣ ਲੱਗੇ ਸੀ ਵੀ ਪ੍ਰਧਾਨ ਜੀ ਆਪਣਾ ਸਮਝੌਤਾ ਹੈਗਾ ਕਿ ਹੈਗਾ ਕਿ ਹੈ ਨਹੀਂ ਆ ਤਾਂ ਸਾਡਾ ਦੱਸੋ ਜੀ ਸਾਨੂੰ ਹਾਲਤ ਕੀ ਹੈ ਉਹ ਨਾਲ ਕੁੱਕ ਕੇ ਪਹਿਲਾਂ ਦਾ ਵਿਚਾਰਾ ਉੜਿੱਕੀ ਗਿਆ ਉਹਨਾਂ ਨੇ ਕਿਹਾ ਤਾਂ ਯਾਰ ਵੀ ਸਾਡਾ ਕਾਗਜ਼ਾਂ ਪੱਤਰਾ ਤਾਂ ਹੈਗਾ ਪਰ ਅਮਲੀ ਤੌਰ ਤੇ ਹੈ ਨਹੀਂ ਇਹ ਵੀ ਇੱਕ ਬੜੀ ਸਥਿਤੀ ਪੈੜੀ ਹੋ ਜਾਂਦੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਮਿਹਰਬਾਨੀ ਸੋ ਪ੍ਰੋਗਰਾਮ ਸ਼ਾਮਾਂਦਨ ਦੇ ਵਿੱਚ ਇੰਨਾ ਤੇ ਮੁਲਾਕਾਤ ਕੱਲ ਹੋਏਗੀ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ